ਤੇਰੇ ਕੋਲੋਂ ਸੱਜਣਾ ਕਾਹਦੇ ਓਹਲੇ ਨੇ, ਤੇਰੇ ਕੋਲੋਂ ਸੱਜਣਾ ਕਾਹਦੇ ਓਹਲੇ ਨੇ, ਸਾਡੇ ਕੋਲ ਤਾਂ ਅੱਜ ਵੀ ਦਰਦ ਭੜੋਲੇ ਨੇ, ਮੇਰੇ ਘਰ ਵਿੱਚ ਕਿਹੜਾ ਦੀਵਾ ਬਾਲ ਗਿਆ, ਕਿਹਨੇ ਆ ਕੇ ਚਾਨਣ ਬੂਹੇ ਖੋਲ੍ਹੇ ਨੇ, ਮੇਰਿਆਂ ਖਾਬਾਂ ਦੇ ਵਿੱਚ ਬੇਲਾ ਵੱਸਦਾ ਏ ਅਤੇ ਕੰਨਾਂ ਦੇ ਵਿੱਚ ਵੱਜਦੇ ਅੱਜ ਵੀ ਢੋਲੇ ਨੇ, ਵੇਲਾ ਭਾਵੇਂ ਕਿੰਨੀ ਔਕੜ ਦਿੱਤੀ ਏ, ਵੇਲੇ ਭਾਵੇਂ ਕਿੰਨੀ ਔਕੜ ਦਿੱਤੀ ਏ, ਮੇਰੇ ਪੈਰ ਨਾਲ ਧਰਤੀ ਉੱਤੇ ਡੋਲੇ ਨੇ, ਅੱਜ ਵੀ ਗੋਰੀ ਤੋੜੇ ਕੱਚਦੀ ਚੂੜੀ ਨੂੰ, ਬਾਰੀ ਦੇ ਵਿੱਚ ਰੱਖੇ ਨੀਜ ਪਟੋਲੇ ਨੇ, ਅੱਚਣ ਚੇਤੇ ਉਹਦੀਆਂ ਯਾਦਾਂ ਆ ਗਈਆਂ ਅਤੇ ਹੱਸ ਕੇ ਮਿਲਣੀ ਕਰ ਲਈ ਅਕਰਮ ਭੋਲੇ ਨੇ, ਹੱਸ ਕੇ ਮਿਲਣੀ ਕਰ ਲਈ ਅਕਰਮ ਭੋਲੇ ਨੇ। ਇਹ ਜੀ ਅਕਰਮ ਬਾਜਵਾ ਸਾਹਿਬ ਦੀਆਂ ਕਵਿਤਾ, ਉਹਨਾਂ ਦੀ ਪੂਰੀ ਇਹ ਛੇ ਲਾਈਨਾਂ ਦੇ ਵਿੱਚ ਹੀ ਸੀਗੀ ਅਤੇ ਇਹਨਾਂ ਲਾਈਨਾਂ ਨਾਲ ਮੈਂ ਹਾਜ਼ਰ ਹਾਂ ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਚਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਇਸ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਜੀ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਲਾਈਵ ਸ਼ੋਅ ਲੈ ਕੇ ਹਾਜ਼ਰ ਹਾਂ ਜੀ ਇੱਕ ਵਾਰ ਫਿਰ ਵੀਕਐਂਡ ਤੋਂ ਬਾਅਦ, ਅਤੇ ਉਮੀਦ ਹੈ ਵੀਕਐਂਡ ਜਿਨ੍ਹਾਂ ਦਾ ਵੀ ਸੀਗਾ ਉਹਨਾਂ ਦਾ ਵਧੀਆ ਬੀਤਿਆ ਹੋਊਗਾ। ਬਾਕੀ ਜਿਨ੍ਹਾਂ ਦਾ ਵੀਕਐਂਡ ਹੁੰਦਾ, ਖਾਸ ਤੌਰ 'ਤੇ ਅਸੀਂ ਇੱਧਰਲੀਆਂ ਕਮਿਊਨਿਟੀਆਂ ਦੀ ਗੱਲ ਕਰੀਏ, ਉਹਨਾਂ ਦਾ ਵੀਕਐਂਡ ਹੁੰਦਾ ਹੀ ਹੁੰਦਾ, ਉਹ ਕੋਈ ਕੰਪਰੋਮਾਈਜ਼ ਨਹੀਂ ਕਰਦੇ ਆਪਣੇ ਵਾਲੇ, ਜਿਹੜੇ ਕਾਫੀ ਬੰਦੇ ਹੈਗੇ ਆ ਉਹ, ਉਹਨਾਂ ਦਾ ਕੋਈ ਵੀਕਐਂਡ ਨਹੀਂ ਹੁੰਦਾ, ਇੱਕ ਅੱਧੀ ਹਫ਼ਤੇ ਦੇ ਵਿੱਚ ਛੁੱਟੀ ਹੁੰਦੀ ਹੈ ਅਤੇ ਉਹ ਕਰਦੇ ਆ, ਅਤੇ ਜਿਨ੍ਹਾਂ ਦਾ ਵੀਕਐਂਡ ਹੁੰਦਾ ਉਹ ਫਿਰ ਸ਼ੁੱਕਰਵਾਰ ਰਾਤੀ ਐਨ ਦੁਪਹਿਰੇ ਜੇ ਸ਼ੁਰੂ ਕਰ ਦਿੰਦੇ ਪਾਰਟੀਆਂ, ਸ਼ਾਮੀ 5 ਵਜੇ ਜੇ ਛੁੱਟੀ ਹੁੰਦੀ ਹੈ ਤਾਂ ਉਦੋਂ ਬਾਅਦ ਹੀ, ਅਤੇ ਫਿਰ ਸ਼ੁੱਕਰਵਾਰ ਅਤੇ ਸ਼ਨੀਵਾਰ ਪੂਰਾ ਇੰਜੋਏ ਕਰਦੇ ਆ, ਅਤੇ ਐਤਵਾਰ ਫਿਰ ਟਾਈਮ ਸਿਰ ਸੌਂ ਗਏ। ਅਤੇ ਜਿਹੜੇ ਕਈ ਦੱਸਦੇ ਨੇ ਇੱਧਰ ਲੋਕ, ਅੱਜ ਕੱਲ੍ਹ ਤਾਂ ਸ਼ਾਇਦ ਉਹ ਸਮਾਂ ਨਹੀਂ ਹੈ, ਵੀ ਜਿਹੜੇ ਇੱਧਰਲੇ ਗੋਰੇ ਨੇ ਉਹ ਪੈਸਾ ਬਚਾਉਂਦੇ ਨਹੀਂ, ਅਸੀਂ ਪੰਜਾਬੀ ਹਾਂ ਅਸੀਂ ਡਬਲ ਬਚਾਉਂਦੇ ਹਾਂ, ਇੰਡੀਆ ਦਾ ਵੀ ਧਿਆਨ ਰੱਖਣਾ ਹੁੰਦਾ ਇੱਧਰ ਦਾ ਵੀ। ਗੋਰੇ ਕਹਿੰਦੇ ਪੈਸਾ ਬਚਾਉਂਦੇ ਨਹੀਂ, ਸ਼ੁੱਕਰਵਾਰ ਸ਼ਨੀਵਾਰ ਰਾਤ ਤੱਕ ਸਾਰੇ ਪੈਸੇ ਖਰਚਦੇ, ਜਿੰਨਾ ਵੀਕ ਦੇ ਮਿਲੇ ਹੁੰਦੇ ਉਹਨਾਂ ਨੂੰ, ਸ਼ੁੱਕਰਵਾਰ ਨੂੰ ਮਿਲਦੇ ਪੈਸੇ, ਸ਼ਨੀਵਾਰ ਰਾਤ ਤੱਕ ਖਰਚ ਦਿੰਦੇ ਆ, ਅਤੇ ਸੋਮਵਾਰ ਜਦੋਂ ਸਵੇਰੇ ਕੰਮ 'ਤੇ ਜਾਣਾ ਅਤੇ ਜੇ ਕੋਈ ਪੈਸਿਆਂ ਦੀ ਲੋੜ ਹੈ ਅਤੇ ਜਾਂ ਕੋਈ ਸਿਗਰਟ ਪੀਂਦਾ, ਉਹਨੂੰ ਸਿਗਰਟ ਦੀ ਤਲਬ ਲੱਗੀ ਹੈ, ਤਾਂ ਉਹਨੇ ਫਿਰ ਪੈਸੇ ਕਿਸੇ ਨਾਲ ਦੇ ਤੋਂ ਮੰਗ ਕੇ ਤਾਂ ਫਿਰ ਉਹਨੇ ਆਪਦਾ ਚਾਅ ਪੂਰਾ ਕਰਨਾ, ਅਤੇ ਨਾਲ ਦੇ ਨੂੰ ਫਿਰ ਜਦੋਂ ਤਨਖਾਹ ਮਿਲਣੀ ਆ ਵੀਕਐਂਡ 'ਤੇ ਫਿਰ ਮੋੜਦੇ ਨੇ। ਸੋ ਇਹ ਆਪੋ ਆਪਣਾ ਸਿਸਟਮ ਹੈ, ਆਪਣੇ ਤਾਂ ਆਦਤ ਇਹ ਵੀ ਹੈਗੀ ਪੰਜਾਬੀਆਂ ਨੂੰ, ਬੈਂਕਾਂ ਬੁੰਕਾਂ ਦੀ ਗੱਲ ਛੱਡੋ, ਜੇ ਉੱਧਰ ਦੀ ਗੱਲ ਹੈ ਤਾਂ ਉੱਧਰ ਘਰ 2-4 ਲੱਖ ਜਿਹਨਾਂ ਕੋਲ ਸਰਦੇ ਆ, ਜਿਹਨਾਂ ਦਾ ਵਿਚਾਰਾ ਹੈ ਹੀ ਨਹੀਂ ਉਹਨਾਂ ਦਾ ਕੀ ਰੱਖਣਾ, ਜਿਹੜਾ ਸਰਦਾ ਪੁੱਜਦਾ ਉੱਧਰ ਵੀ ਇੱਦਾਂ 2-3 ਲੱਖ ਘਰ ਰੱਖਦੇ ਨੇ ਵੀ ਲੋੜ ਪੈ ਸਕਦੀ ਹੈ ਐਮਰਜੈਂਸੀ, ਅਤੇ ਇੱਧਰ ਵੀ ਮੈਂ ਦੇਖਿਆ ਬਹੁਤ ਸਾਰੇ ਪੰਜਾਬੀ ਜਿਹੜੇ ਆ ਉਹ 5-7 ਹਜ਼ਾਰ ਡਾਲਰ ਜਿਹੜਾ ਉਹ ਘਰ ਰੱਖਦੇ ਆ ਵੀ ਭਾਈ ਕੋਈ ਐਮਰਜੈਂਸੀ ਹੋ ਸਕਦੀ ਆ, ਕੋਈ ਲੋੜ ਪੈ ਸਕਦੀ ਆ। ਸੋ ਨਾਲ ਦੀ ਨਾਲ ਗੱਲ ਕਰੀਏ ਤਾਂ ਅੱਜ ਇੱਥੇ ਅਮੈਰੀਕਾ ਦੇ ਵਿੱਚ ਮੈਮੋਰੀਅਲ ਡੇ ਆ, ਮੈਮੋਰੀਅਲ ਡੇ ਸਭ ਨੂੰ ਪਤਾ ਹੋਏਗਾ, ਕੈਨੇਡਾ ਦੇ ਵਿੱਚ 1 ਜੁਲਾਈ ਨੂੰ ਹੁੰਦਾ ਅਤੇ ਇੱਥੇ ਜਿਹੜਾ ਹੈਗਾ ਉਹ ਅੱਜ 27 ਮਈ ਨੂੰ ਹੁੰਦਾ, ਯਾਨੀ ਕਿ ਮਈ ਦੇ ਆਖਰੀ ਸੋਮਵਾਰ ਰੱਖਿਆ ਹੁੰਦਾ, ਲੌਂਗ ਵੀਕਐਂਡ ਹੈ। ਦੇਖਿਆ ਹੋਣਾ ਤੁਸੀਂ ਸੜਕਾਂ 'ਤੇ ਬਾਹਲਾ ਰਸ਼ ਰੁਸ਼ ਨਜ਼ਰ ਨਹੀਂ ਆਉਂਦਾ, ਅੱਜ ਵੀ ਸੇਲਾਂ ਜਿਹੜੀਆਂ ਨੇ ਉਹ ਵੀ ਧੜਾ ਧੜ ਲੱਗੀਆਂ ਹੋਈਆਂ ਨੇ, ਪਰ ਮੈਂ ਕਈ ਦੇਖੇ ਫੇਸਬੁੱਕ 'ਤੇ ਉਹ ਲਿਖਦੇ ਨੇ ਹੈਪੀ ਮੈਮੋਰੀਅਲ ਡੇ, ਜਦਕਿ ਹੈਪੀ ਮੈਮੋਰੀਅਲ ਡੇ ਇਹ ਨਹੀਂ ਹੈ। ਸੋਸ਼ਲ ਮੀਡੀਆ 'ਤੇ ਕਈਆਂ ਨੇ ਲਿਖਿਆ ਹੈਪੀ ਮੈਮੋਰੀਅਲ ਡੇ, ਇਹਨੂੰ ਨਹੀਂ ਕਿਹਾ ਜਾਂਦਾ, ਇਹਨੂੰ ਹੈਵ ਏ ਮੀਨਿੰਗਫੁੱਲ ਡੇ ਕਿਹਾ ਜਾਂਦਾ।
ਕਿਉਂਕਿ ਖੁਸ਼ੀ ਵਾਲੀ ਗੱਲ ਨਹੀਂ ਸੀਗੀ। ਇਹ ਤਾਂ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੇ ਵਾਰਡ ਵਾਰ ਦੇ ਵਿੱਚ, ਉਹਨਾਂ ਨੇ ਜਿਹੜਾ ਸਾਰਾ ਇਹ ਉਹਨਾਂ ਦੀ ਯਾਦ ਦੇ ਵਿੱਚ ਇਹ ਸੀਗਾ। ਮੇਰੇ ਖਿਆਲ 1865 ਦੇ ਵਿੱਚ ਜਿਹੜੇ ਸ਼ਹੀਦ ਹੋਏ ਸੀਗੇ ਉਹਨਾਂ ਦੀ ਯਾਦ ਦੇ ਵਿੱਚ ਇਹ, ਅਤੇ 1868 ਦੇ ਵਿੱਚ ਇਹਨੂੰ ਸੋਚਿਆ ਗਿਆ ਕਿ ਇਹਦੇ ਬਾਰੇ ਕੀਤਾ। 5 ਮਈ 1868 ਨੂੰ ਜਿਹੜੇ ਇੱਕ ਵਾਰ ਜਿਹੜੇ ਨੌਰਦਰਨ ਸਿਵਲ ਵਾਰ ਦੇ ਵੈਟਰਨ ਜਿਹੜੇ ਆ ਉਹਨਾਂ ਦੇ ਲੀਡਰ ਸੀਗੇ ਜਨਰਲ ਜੌਨ ਏ ਲੋਗਨ, ਉਹਨਾਂ ਨੇ ਫਿਰ ਇਹ ਪ੍ਰਪੋਜ਼ਲ ਰੱਖੀ ਵੀ ਅਸੀਂ ਕਿਉਂ ਨਾ ਸਾਡੇ ਜੰਗੀ ਸ਼ਹੀਦਾਂ ਨੂੰ ਯਾਦ ਕਰਿਆ ਜਾਵੇ। ਫਿਰ 30 ਮਈ 1868 ਨੂੰ, ਆਖਰੀ ਸੋਮਵਾਰ 30 ਮਈ ਨੂੰ ਪੈਂਦਾ ਸੀਗਾ, ਇਹ ਦਿਨ ਸ਼ੁਰੂ ਕੀਤਾ ਗਿਆ ਅਮੈਰੀਕਾ ਦੇ ਵਿੱਚ। ਅਤੇ ਨਾਲ ਨਾਲ ਸਾਡੇ ਦਰਸ਼ਕਾਂ ਨੂੰ ਪਤਾ ਹੋਏਗਾ ਇਸ ਦਿਨ ਨੂੰ ਡੈਕੋਰੇਸ਼ਨ ਡੇ ਵੀ ਕਹਿੰਦੇ ਆ, ਡੈਕੋਰੇਸ਼ਨ ਡੇ, ਕਿਉਂਕਿ ਉਸ ਦਿਨ ਫਿਰ ਇਹ ਕੀਤਾ ਗਿਆ ਕਿ ਸਜਾਓ ਤੁਸੀਂ ਆਪਣੇ ਸਾਰਾ ਸਜਾ ਕੇ ਜਿਹੜੀਆਂ ਜਿਹਨਾਂ ਨੂੰ ਯਾਦ ਕਰਦੇ ਸਾਰੇ ਸ਼ਹੀਦਾਂ ਨੂੰ ਆਪਣੇ ਆਪਣੇ ਪਿੰਡਾਂ ਅਤੇ ਸ਼ਹਿਰਾਂ ਨੂੰ ਸਜਾਓ। ਅਤੇ ਉਦੋਂ ਫਿਰ ਇਹ ਚੀਜ਼ ਸ਼ੁਰੂ ਹੋਈ ਸੀਗੀ, ਜਿਹੜੀ ਕਿ ਅੱਜ ਹੁਣ ਇਹਨਾਂ ਦਾ ਮਤਲਬ ਜਿਹੜਾ ਬਣ ਗਿਆ ਉਹ ਬਣ ਗਿਆ ਛੁੱਟੀ ਆ, ਸੇਲਾਂ ਆ, ਚਲੋ ਜੀ ਹੁਣ ਮੈਮੋਰੀਅਲ ਡੇ ਦੀ ਸੇਲ ਆ ਗਈ, ਖਰੀਦ ਲਓ, ਅਤੇ ਮੁੜ ਕੇ ਆ ਗਈ ਜੀ ਥੈਂਕਸ ਗਿਵਿੰਗ ਦੀ ਆ ਗਈ, ਅਤੇ ਫਲਾਨੀ ਆ ਗਈ, ਧਮਕੜੀ ਆ ਗਈ, ਅਤੇ ਫਿਰ ਵੈਲ ਕਿਹੜਾ ਹੁੰਦਾ ਹੈਲੋ ਇੰਡੀਆ ਦੀ ਆ ਗਈ, ਅਤੇ ਖਰੀਦੋ ਫਰੀਦ ਇੱਦਾਂ ਚੱਲੀ ਜਾਂਦੀ ਹੈ। ਤਾਂ ਅਕਸਰ ਅਸੀਂ ਦੇਖਿਆ, ਅਕਸਰ ਦੇਖਿਆ ਸੇਲਾਂ ਦੇ ਵਿੱਚੋਂ ਅਸੀਂ ਉਹ ਸਮਾਨ ਵੀ ਲੈ ਆਉਂਦੇ ਹਾਂ ਜਿਹਦੀ ਸਾਨੂੰ ਲੋੜ ਹੀ ਨਹੀਂ ਹੈ। ਕਈ ਇਹ ਸੋਚ ਕੇ ਲੈਣ ਦੇ ਕਿਤੇ ਕੰਮ ਆਜੂ, ਕੱਪੜਿਆਂ ਦੀ ਗੱਲ ਕਰੀਏ ਕੋਈ ਲੈਣ ਦੇਣ ਦੇ ਕੰਮ ਆਜੂ। ਔਰ ਘਰਾਂ ਦੇ ਵਿੱਚ ਮੈਂ ਗਰੰਟੀ ਦਿੰਦਾ ਵਿੱਚ ਸਾਡੇ ਘਰ ਦੇ ਵਿੱਚ ਤੁਹਾਡੇ 'ਚੋਂ ਬਹੁਤਿਆਂ ਦੇ ਘਰ ਦੇ ਵਿੱਚ ਤੁਸੀਂ ਕੱਪੜੇ ਫੋੜੋਗੇ, ਹਜੇ ਵੀ ਕਈ ਕੱਪੜੇ ਇਹੋ ਜਿਹੇ ਮਿਲ ਜਾਣਗੇ ਤੁਹਾਨੂੰ ਜਿਨ੍ਹਾਂ ਦਾ ਟੈਗ ਵੀ ਨਹੀਂ ਉਤਰਿਆ, ਤੁਸੀਂ ਲਿਆ ਕੇ ਤਾਂ ਭੁੱਲ ਗਏ ਹੋ। ਸੋ ਸੇਲਾਂ ਲੱਗਦੀਆਂ ਨੇ, ਸੇਲਾਂ ਦੇ ਵਿੱਚ ਨਜ਼ਾਰੇ ਵੀ ਬੜੇ ਹੁੰਦੇ ਆ, ਕਹਾ ਉੱਥੇ ਤਾਂ ਲੜਾਈਆਂ ਵੀ ਬੜੀਆਂ ਹੋਈਆਂ। ਬਲੈਕ ਫਰਾਈਡੇ ਜਿਹੜੀ ਸੇਲ ਹੁੰਦੀ ਆ ਥੈਂਕਸ ਗਿਵਿੰਗ ਦੀ, ਆਪਾਂ ਦੇਖਿਆ ਬਹੁਤ ਜ਼ਿਆਦਾ ਉੱਥੇ ਹੁੰਦਾ। ਸੋ ਸੇਲਾਂ ਦੇ ਵਿੱਚੋਂ ਵੀ ਲੋਕ ਬਹੁਤ ਸਮਾਨ ਖਰੀਦਦੇ ਨੇ। ਅਤੇ ਨਾਲ ਨਾਲ ਥੋੜ੍ਹੀ ਜਿਹੀ ਕ੍ਰਿਕਟ ਬਾਰੇ ਵੀ ਗੱਲ ਕਰ ਲਈਏ। ਕ੍ਰਿਕਟ ਦਾ ਜਿਹੜਾ ਹੈਗਾ ਉਹ ਬਹੁਤ ਸਾਰੇ ਫੈਨ ਹੈਗੇ ਨੇ, ਬਹੁਤ ਸਾਰੇ ਲੋਕ ਦੇਖਦੇ ਨੇ। IPL ਲੰਘ ਕੇ ਗਿਆ, IPL ਲੰਘ ਕੇ ਗਿਆ, IPL ਅਤੇ ਉਹਦੇ 'ਚ KKR ਕਲਕੱਤਾ ਨਾਈਟ ਰਾਈਡਰ ਦੀ ਟੀਮ ਜਿਹੜੀ ਸੀ ਸ਼ਾਹਰੁਖ ਖਾਨ ਅਤੇ ਜੂਹੀ ਚਾਵਲਾ ਦੀ, ਉਹਨਾਂ ਨੇ ਟਰੋਫੀ ਜਿੱਤੀ ਆ ਜੀ ਤੀਜੀ ਵੇਰ IPL ਜਦੋਂ ਦਾ ਸ਼ੁਰੂ ਹੋਇਆ। ਵਧੀਆ ਖੇਡੇ ਦੂਸਰੇ ਜਿਹੜੇ ਕਰੀਏ ਸਨਰਾਈਜ਼ਰ ਹੈਦਰਾਬਾਦ ਵਾਲੇ, ਉਹਨਾਂ ਨੇ ਰਿਕਾਰਡ ਬੜੇ ਕਾਇਮ ਕੀਤੇ ਵੱਧ ਤੋਂ ਵੱਧ ਰਨ ਬਣਾਉਣ ਦੇ ਸਭ ਤੋਂ, ਅਤੇ ਉਹ ਫਾਈਨਲ ਦੇ ਵਿੱਚ ਤਾਂ ਢਹਿ ਢੇਰੀ ਹੋ ਗਿਆ ਸਮਝੋ, ਕਹਿੰਦੇ ਵੀ ਤੂੰ ਚੱਲ ਮੈਂ ਆਇਆ 113 ਰਨ ਸਾਰੇ ਬਣਾਏ ਸੀ। ਚਲੋ ਖੈਰ ਇਹ ਜਿਹੜੇ ਕ੍ਰਿਕਟ ਦੇ ਚਾਹਵਾਨ ਨੇ ਉਹਨਾਂ ਵਾਸਤੇ ਖੁਸ਼ਖਬਰੀ ਇਹ ਵੀ ਆ ਕਿ ਅਮੈਰੀਕਾ ਦੇ ਵਿੱਚ ਜਿਹੜਾ ਵਰਲਡ ਕੱਪ ਹੁੰਦਾ T20 ਦਾ, ਵਰਲਡ ਕੱਪ ਅਮੈਰੀਕਾ ਦੇ ਵਿੱਚ ਇਸ ਵਾਰ ਹੋ ਰਿਹਾ। ਅਮੈਰੀਕਾ ਦੀ ਵੀ ਟੀਮ ਹੈਗੀ ਆ, 9 ਜੂਨ ਨੂੰ ਭਾਰਤ ਅਤੇ ਪਾਕਿਸਤਾਨ ਦਾ ਮੈਚ ਜਿਹੜਾ ਉਹ ਨਿਊਜਰਸੀ ਦੇ ਵਿੱਚ ਹੋ ਰਿਹਾ, ਨਿਊਯਾਰਕ ਨਿਊਜਰਸੀ ਵਾਲੇ ਪਾਸੇ ਸਟੇਡੀਅਮ ਹੈਗਾ ਮੇਰੇ ਖਿਆਲ 30,000 ਕਪੈਸਿਟੀ ਦਾ ਸਟੇਡੀਅਮ ਹੈਗਾ ਉੱਥੇ ਹੋਏਗਾ। ਤਾਂ ਵੈਸੇ ਅਮੈਰੀਕਾ ਦੇ ਵਿੱਚ ਇਹ ਜਿਹੜੇ ਹੈਗੇ ਨੇ, ਅਮੈਰੀਕਾ ਅਤੇ ਨਾਲ ਨਾਲ ਜਿਹੜੇ ਹੋਰ ਛੋਟੇ ਛੋਟੇ ਮੁਲਕ ਨੇ ਉਹਨਾਂ ਦੇ ਵਿੱਚ ਇਹ 1 ਜੂਨ ਤੋਂ ਸ਼ੁਰੂ ਹੋ ਜਾਣਾ ਵਰਲਡ ਕੱਪ। ਸੋ ਭਾਈ ਜਿਹੜੇ ਦੇਖਣ ਵਾਲੇ ਨੇ ਉਹਨਾਂ ਨੂੰ ਬੜਾ ਚਾਅ ਹੋਏਗਾ। ਆਪਣੇ ਇੱਥੋਂ ਅਮੈਰੀਕਾ ਦੀ ਗੱਲ ਕਰੀਏ ਤਾਂ ਅਮੈਰੀਕਾ ਦੇ ਮੋਸਟਲੀ ਮੈਚ ਜਿਹੜੇ ਆ ਜਾਂ ਸਵੇਰੇ ਇੱਥੋਂ ਦੇ ਅਤੇ ਜਾਂ ਸ਼ਾਮੀ, ਕਿਉਂਕਿ ਅਮੈਰੀਕਾ ਦੇ ਟਾਈਮ ਨਾਲ ਹੀ ਆਉਣੇ ਨਾ ਇਹ, ਅਮੈਰੀਕਾ ਦੇ ਟਾਈਮ ਨਾਲ ਮੇਰੇ ਖਿਆਲ ਨਹੀਂ, ਹਾਂ ਅਮੈਰੀਕਾ ਦੇ ਤਕਰੀਬਨ ਇੱਥੇ ਸ਼ਾਮ ਨੂੰ ਮੈਚ ਹੋਣਗੇ, ਠੀਕ ਹੈ ਜੀ। ਅਤੇ ਬਾਕੀ ਚਲੋ ਇਹਦੇ ਵਾਸਤੇ ਵੀ ਚਲੋ ਬਾਕੀ ਹੈਗਾ। ਤਾਂ ਹੁਣ ਆਪਣੇ ਪੰਜਾਬ ਵਾਲੇ ਪਾਸੇ ਚੱਲਦੇ ਆ, ਲੀਡਰਾਂ ਦੀ ਜਿਹੜੀ ਗੱਲ ਕਰਨੀ ਪੈਣੀ ਆ ਅਤੇ ਬਣਦੀ ਆ,
ਹੁਣ ਤਾਂ ਸੇਲ ਲੱਗੀ ਪਈ ਲੀਡਰਾਂ ਦੀ, ਵੱਡੇ ਲੀਡਰਾਂ ਦੀ ਪੰਜਾਬ ਦੇ ਵਿੱਚ। ਜਿੱਧਰ ਦੇਖੋ ਬੀਜੇਪੀ ਦੇ ਰਾਹੁਲ ਗਾਂਧੀ ਅਕੀਦ ਨਾਲ, ਮੋਦੀ ਸਾਹਿਬ, ਅਮਿਤ ਸ਼ਾਹ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਕੇਜਰੀਵਾਲ, ਰਾਘਵ ਚੱਡਾ ਸਭ ਪੰਜਾਬ ਦੇ ਵਿੱਚ ਗੇੜੇ ਦਿੰਦੇ ਫਿਰਦੇ ਆ। ਅਤੇ ਜਾਣੀ ਥੋਕ ਦੇ ਵਿੱਚ ਜਿਹਨੂੰ ਅਸੀਂ ਕਹਿ ਦਈਏ ਲੀਡਰਾਂ ਦੀ ਪ੍ਰਭਾਰ ਜਿਹੜੀ ਉਹ ਮਿਲ ਸਕਦੀ ਹੈ, ਲੀਡਰਾਂ ਦੇ ਮੇਲੇ ਲੱਗੇ ਹੋਏ ਆ। ਅਤੇ ਊਂ ਜਿਹੜੇ ਆਹ ਕੱਢ ਕਢਾਈਆ, ਛੱਡ ਛਡਾਈਆ, ਇਹ ਵੀ ਸਾਰਾ ਕੁਛ ਚੱਲੀ ਜਾਂਦਾ, ਕੋਈ ਛੱਡ ਗਿਆ, ਕੋਈ ਕੱਢ ਗਿਆ, ਕੋਈ ਕੁਛ ਹੋ ਗਿਆ। ਅਕਾਲੀ ਦਲ ਵਾਸਤੇ ਸਥਿਤੀ ਕਾਫੀ ਅਜੀਬ ਬਣੀ ਹੋਈ ਆ, ਕਿਉਂਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸੁਖਵੀਰ ਬਾਦਲ ਸਾਹਿਬ ਦੇ ਜੀਜਾ ਜੀ, ਸਤਿਕਾਰਯੋਗ ਜੀਜਾ ਜੀ, ਕਿਉਂਕਿ ਜੀਜੇ ਦੇ ਨਾਲ ਸਤਿਕਾਰਯੋਗ ਲਾਉਣਾ ਹੀ ਪੈਂਦਾ, ਉਹਨਾਂ ਨੂੰ ਕੱਢਤਾ ਪਾਰਟੀ ਦਾ। ਉਹਨਾਂ ਦੇ ਨਾਲ ਹੋਰ ਵੀ ਕਈਆਂ ਨੇ ਅਸਤੀਫੇ ਦੇ ਦਿੱਤੇ ਆ। ਹੁਣ ਸੁਖਵੀਰ ਬਾਦਲ ਸਾਹਿਬ ਨੂੰ ਇਹ ਸੋਚਣਾ ਚਾਹੀਦਾ, ਅਕਾਲੀ ਦਲ ਤਾਂ ਦੋ ਫਾੜ ਹੋਇਆ ਹੀ ਹੋਇਆ ਉੱਥੇ, ਤੁਸੀਂ ਆਪਣੇ ਜੀਜੇ ਨਾਲ ਇੱਦਾਂ ਕਰੀ ਜਾਂਦੇ ਹੋ, ਕਿਤੇ ਤੁਹਾਡਾ ਸਾਲਾ ਤੁਹਾਡੇ ਨਾਲ ਨਾ ਕੋਈ ਇੱਦਾਂ ਦੀ ਖੇਡ ਖੂਡ ਖੇਡ ਜਾਵੇ ਗਾਹਾਂ ਆਉਣ ਵਾਲੇ ਸਮੇਂ 'ਚ, ਇਸ ਚੀਜ਼ ਦਾ ਵੀ ਧਿਆਨ ਰੱਖਿਓ। ਪਰ ਓਵਰਆਲ ਮਾਹੌਲ ਗਰਮ ਹੈ ਪੂਰਾ। ਜੇ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰੀਏ, ਸੋਸ਼ਲ ਮੀਡੀਆ ਦੇ ਹਿਸਾਬ ਨਾਲ ਆਮ ਆਦਮੀ ਪਾਰਟੀ ਜਿਹੜੀ ਆ ਉਹ ਇਕੱਠ ਦੇ ਹਿਸਾਬ ਨਾਲ, ਰੌਲੇ ਰੱਪੇ ਦੇ ਹਿਸਾਬ ਨਾਲ, ਜਿਹੜੀ ਅਗਰੈਸਿਵਿਟੀ ਦੇ ਹਿਸਾਬ ਨਾਲ ਉਹ ਨੰਬਰ ਉਹ 'ਚ ਜ਼ਿਆਦਾ ਲਿਆਉਂਦੀ ਲੱਗਦੀ ਆ। ਅਤੇ ਬਾਕੀ 4 ਤਰੀਕ ਨੂੰ ਉਹ ਕਹਿੰਦੇ ਜੀ, ਕਾਂਗਰਸ ਵਾਲੇ ਕਹਿੰਦੇ ਜੀ ਉਹਨਾਂ ਦੇ ਡੱਬੇ ਖਾਲੀ ਮਿਲਣਗੇ, 13 ਸੀਟਾਂ ਕਾਂਗਰਸ ਲਿਆਊ, ਆਮ ਆਦਮੀ ਕਹਿ ਕੇ ਕਹਿੰਦੀ 13 ਆਮ ਆਦਮੀ ਪਾਰਟੀ ਆਊਗੀ। ਅਤੇ ਬੀਜੇਪੀ ਵੈਸੇ ਕਹਿੰਦੇ ਵੀ ਸਾਡਾ 6 ਜਾਂ 7 ਸੀਟਾਂ 'ਤੇ ਸਾਡੀ ਪੱਕੀ ਜਿੱਤ ਹੈਗੀ ਆ। ਇਹ ਅਕਾਲੀ ਦਲ ਵਾਲੇ ਵੀ 13 ਦੇ 13 ਲਿਆਉਂਦੇ ਨੇ ਸੀਟਾਂ। ਅੱਛਾ, ਇੱਕ ਕਮਾਲ ਦੀ ਗੱਲ ਹੈ, ਇੱਕ ਖਬਰ ਹੈ ਜਦੋਂ ਮੈਂ ਪੜ੍ਹੀ ਮੈਂ ਬੜਾ ਹੈਰਾਨ ਰਹਿ ਗਿਆ ਵੀ ਖਬਰ ਹੈ ਕੀ ਹੈ, ਵਿੱਚ ਕੀ ਇਹਦੇ, ਜਿਵੇਂ ਟਾਈਟਲ ਆਪਣੇ ਬਣਾ ਕੇ ਲਾਉਂਦੇ। ਰਾਹੁਲ ਗਾਂਧੀ ਨੇ ਮੋਦੀ ਨੂੰ ਪਛਾੜਿਆ, ਟਾਈਟਲ ਲੱਗ ਗਿਆ, ਰਾਹੁਲ ਗਾਂਧੀ ਨੇ ਮੋਦੀ ਨੂੰ ਕੱਚ ਪਛਾੜਤਾ ਵੀ, ਦੌੜ ਲੱਗੀ ਦੋਹਾਂ ਦੀ, ਕੀ ਹੋਇਆ ਕੀ ਨਹੀਂ ਹੋਇਆ। ਪਰ ਉਹ ਰਾਹੁਲ ਗਾਂਧੀ ਨੇ ਵਾਕਿਆ ਹੀ ਸੋਸ਼ਲ ਮੀਡੀਆ ਦੇ ਉੱਪਰ ਓਬਾਮਾ ਸਾਹਿਬ ਤੋਂ ਬਾਅਦ ਅਗਰ ਸਭ ਤੋਂ ਵੱਧ ਫਾਲੋਅਰ ਜਿਹੜੇ ਹੈਗੇ ਨੇ ਮੋਦੀ ਸਾਹਿਬ ਦੇ ਨੇ, ਸੱਚੇ ਜਾਂ ਝੂਠੇ ਆਪਾਂ ਕਹਿ ਨਹੀਂ ਸਕਦੇ, ਸਭ ਤੋਂ ਵੱਧ ਫਾਲੋਅਰ ਮੋਦੀ ਸਾਹਿਬ ਦੇ ਨੇ। ਪਰ ਉਹਦੇ 'ਚ ਦੱਸਦੇ ਨੇ ਵੀ ਇਹ ਰਾਹੁਲ ਗਾਂਧੀ ਨੇ ਜਿਹੜੇ ਲਾਈਕ ਦੇ ਵਿੱਚ 2 ਗੁਣਾ ਲਾਈਕ ਜ਼ਿਆਦਾ ਆ, 3 ਗੁਣਾ ਉਹਨਾਂ ਦੇ ਸ਼ੇਅਰ ਜ਼ਿਆਦਾ ਆ, ਅਤੇ ਫਾਲੋਅਰ ਵੀ ਕਹਿੰਦੇ 1 ਕਰੋੜ ਤੋਂ ਉੱਪਰ ਜ਼ਿਆਦਾ ਫਾਲੋਅਰ ਦੇ ਹੋਰ ਹੋ ਗਏ ਆ। ਸੋ ਭਾਈ ਇਹ ਚੰਗੀ ਖਬਰ ਹੈ ਰਾਹੁਲ ਗਾਂਧੀ ਸਾਹਿਬ ਵਾਸਤੇ ਵੀ ਜਿਹੜਾ ਪੱਪੂ ਵਾਲਾ ਲੈਵਲ ਲੱਗਿਆ ਸੀ ਉਹਨਾਂ 'ਤੇ ਟੈਗ, ਅਤੇ ਉਹ ਕਹਿੰਦੇ ਪੱਪੂ ਹੁਣ ਪਾਸ ਹੋ ਗਿਆ ਜਾਂ ਹੁੰਦਾ ਲੱਗਦਾ ਵਾ। ਅਤੇ ਇਸ ਖਬਰ ਦੇ ਨਾਲ ਹੋਰ ਕੁਛ ਹੋਵੇ ਨਾ ਹੋਵੇ, ਕਾਂਗਰਸੀਆਂ ਦੇ ਹੌਸਲੇ ਬੜੇ ਬੁਲੰਦ ਹੋਏ ਆ, ਉਹਨਾਂ ਨੂੰ ਵੇਖ ਲੈ ਵੀ ਹੁਣ ਤਾਂ ਚੱਕ 'ਤੇ ਫੱਟੇ ਸਮਝੋ। ਪਰ ਆਉਣ ਵਾਲਾ ਸਮਾਂ ਜਿਵੇਂ ਅਸੀਂ ਹਮੇਸ਼ਾ ਗੱਲ ਕਰੀ ਦੀ ਹੈ ਉਹ ਹੀ ਦੱਸੂਗਾ। ਸੋ ਜੀਜਿਆਂ ਦੀ ਇੱਜ਼ਤ ਭਾਈ ਕਰਨੀ ਚਾਹੀਦੀ ਆ। ਹੁਣ ਇਹਨਾਂ ਨੇ ਤਾਂ ਸੁਖਵੀਰਵਾਲ ਸਾਹਿਬ ਨੇ ਪਰਿਵਾਰਕ ਤੌਰ 'ਤੇ ਤਾਂ ਪਤਾ ਨਹੀਂ ਹੁਣ ਕਿੱਦਾਂ ਨਹੀਂ, ਪਰ ਇਹ ਚੱਲੀ ਜਾਂਦਾ। ਜਦੋਂ ਮੇਰੇ ਖਿਆਲ 97 ਦੀ ਗੱਲ ਹੈ, ਬਾਦਲ ਸਾਹਿਬ ਉਦੋਂ ਕਾਂਗਰਸ ਦੇ ਵਿੱਚ ਸੀਗੇ ਅਤੇ ਪ੍ਰਤਾਪ ਸਿੰਘ ਕੈਰੋਂ ਅਕਾਲੀ ਦਲ ਸੀਗੇ, ਅਤੇ ਉਹ ਮੁੜ ਕੇ ਕਾਂਗਰਸ 'ਚ ਆ ਗਏ ਪ੍ਰਤਾਪ ਸਿੰਘ ਕੈਰੋਂ, ਅਤੇ ਇਹ ਬਾਦਲ ਸਾਹਿਬ ਨਹੀਂ ਬਾਦਲ ਸਾਹਿਬ ਕਾਂਗਰਸ ਚਲ ਗਏ, ਉਹ ਕਾਂਗਰਸ ਚਲ ਗਏ, ਉਹ ਅਕਾਲੀ ਦਲ 'ਚ ਆ ਗਏ। ਫਿਰ ਇਹਨਾਂ ਦੇ ਪਰਿਵਾਰਕ ਰਿਸ਼ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜੇ ਹੈਗੇ ਨੇ, ਇਹਨਾਂ ਦੇ ਪ੍ਰਤਾਪ ਸਿੰਘ ਕੈਰੋਂ ਦਾ ਮੁੰਡਾ, ਉਹਨਾਂ ਨੂੰ ਸੁਖਵੀਰ ਬਾਦਲ ਸਾਹਿਬ ਦੀ ਸਿਸਟਰ ਜਿਹੜੀ ਹੈ ਉਹਨਾਂ ਦੀ ਮੈਰਿਜ ਹੋਈ ਸੀ। ਇਸ ਤਰ੍ਹਾਂ ਪਰਿਵਾਰ ਦੇ ਵਿੱਚ ਸਾਰਾ ਕੁਝ ਜਿਹੜਾ ਚੱਲੀ ਜਾਂਦਾ ਸੀ। ਅਤੇ ਦੂਜਾ ਜਿਹੜੀ 1000 ਰੁਪਈਏ ਦੀ ਗੱਲ ਹੈ, 1000 ਰੁਪਈਏ ਦੀ ਗੱਲ ਹੈ, ਉਹ ਮਾਨ ਸਾਹਿਬ ਮਤਲਬ ਕਹਿੰਦੇ ਤਾਂ ਇਸ ਹਿਸਾਬ ਨਾਲ ਵੀ ਸਮਝੋ ਦੇ ਦਿੱਤਾ ਵੋਟਾਂ ਤੋਂ ਬਾਅਦ,
ਪਰ ਉਹ ਗੱਲ ਕਰਦੇ ਨੇ ਨਹਿਰੀ ਪਾਣੀ ਇੰਨਾ ਹੋ ਜੂਗਾ, 10 ਲੱਖ ਟਿਊਬਵੈੱਲ ਬੰਦ ਹੋ ਜੂਗਾ, 10 ਲੱਖ ਟਿਊਬਵੈੱਲ ਬੰਦ ਹੋ ਗਿਆ ਤਾਂ ਸਰਕਾਰ ਨੂੰ 12,000 ਕਰੋੜ ਰੁਪਈਏ ਦਾ ਫਾਇਦਾ ਹੋਊਗਾ, 12,000 ਕਰੋੜ ਦਾ ਫਾਇਦਾ ਹੋਊਗਾ, ਤਾਂ ਮੈਂ 1,000 ਕੀ 11-1100 ਰੁਪਈਆ ਵੀ ਬੀਬੀਆਂ ਭੈਣਾਂ ਨੂੰ ਦੇਊਂਗਾ। ਇਹਦੇ 'ਚ ਦੇਖੋ ਬਾਕੀ ਕੀ ਬਣਦਾ। ਬਾਕੀ ਜਿਵੇਂ ਹੰਸਰਾਜ ਹੰਸਲ ਵੀ ਥੋੜ੍ਹਾ ਜਿਹਾ ਜ਼ਿਕਰ ਇਸ ਕਰਕੇ ਕਰਨਾ ਬਣਦਾ ਵੀ ਠੀਕ ਹੈ, ਉਹਨਾਂ ਨੂੰ ਸਵਾਲ ਕਰਨੇ ਬਣਦੇ ਆ, ਪਰ ਪਿੱਛੇ ਜੇ ਉਹ ਵੀਡੀਓ ਦੇਖੀ ਸੀਗੀ ਸਿੱਧਾ ਮਾਵਾਂ ਭੈਣ ਦੀਆਂ ਗਾਲਾਂ 'ਤੇ ਉਤਰੇ ਨੇ। ਉਹ ਹੋ ਸਕਦਾ ਕਿਸਾਨ ਹੈ ਜਾਂ ਕਿਸਾਨਾਂ ਦੇ ਵਿੱਚ ਬੰਦੇ ਵਾੜੇ ਹੋਏ ਨੇ ਵੀ ਭਾਈ ਚੱਕ ਦਿਓ ਫੱਟੇ, ਔਰ ਉਹਦੇ ਨਾਲ ਹੰਸਰਾਜ ਹੰਸ ਦਾ ਕੱਦ ਉੱਚਾ ਕਰੀ ਜਾਂਦੇ ਸਗੋਂ ਕਾਂਗਰਸ ਵਾਲੇ। ਹੋ ਸਕਦਾ ਇਸ ਚੀਜ਼ ਦਾ ਉਹਨੂੰ ਫਾਇਦਾ ਹੋ ਜਾਏ, ਥੋੜ੍ਹਾ ਬਹੁਤ ਕੀਤਾ ਹੋਊ ਕਿਸਾਨਾਂ ਨੇ, ਬਾਕੀ ਹੋ ਸਕਦਾ ਫਿਰ ਆਪ ਚੱਕ ਚੁੱਕ ਦਿੱਤੇ ਹੁਣ ਫੱਟੇ ਵੀ ਨਹੀਂ ਨਹੀਂ ਇਹਨੂੰ ਚੱਕ ਦਿਓ ਫੱਟੋ, ਇਹਨੂੰ ਇਹ ਆ, ਇਹਨੂੰ ਉਹ ਆ। ਇਹ ਪੰਜਾਬ ਦਾ ਮਾਹੌਲ ਜਿਹੜਾ ਆਪਾਂ ਦੇਖ ਲਿਆ ਚੱਲ ਰਿਹਾ, ਅਤੇ ਹੁਣ ਅੱਜ ਦੇ ਮਾਹੌਲ ਦੀ ਗੱਲ ਕਰੀਏ। ਅੱਜ ਇੱਕ ਤਾਂ ਸੋਮਵਾਰ ਦਾ ਦਿਨ ਆ ਅਤੇ ਗੀਤ ਸੰਗੀਤ ਦਾ ਨਾਲ ਆਪਾਂ ਥੋੜ੍ਹਾ ਜਿਹਾ ਪ੍ਰੋਗਰਾਮ ਰੱਖੀਦਾ। ਗੀਤ ਸੰਗੀਤ ਦੇ ਵਿੱਚ ਸਾਨੂੰ ਇੱਕ ਦੇਰੀ, ਵੈਸੇ ਆਪਾਂ ਪਹਿਲਾਂ ਵੀ ਮੇਰੇ ਖਿਆਲ ਇੱਥੇ ਕੈਲੀਫੋਰਨੀਆ ਵਾਲੇ ਸਟੂਡੀਓ 'ਚ ਸ਼ਾਇਦ ਨਹੀਂ ਸਾਂਝਾ ਕੀਤਾ ਇਹ ਕਿੱਸਾ, ਨਿਊਯਾਰਕ ਤਾਂ ਕੀਤਾ ਸੀਗਾ, ਛੱਲੇ ਦੀ ਗੱਲ ਕਰਦੇ ਹਾਂ। ਸਾਨੂੰ ਕਹਿੰਦੇ ਕਿ ਯਾਰ ਛੱਲੇ ਬਾਰੇ ਤੁਸੀਂ ਦੱਸੋ, ਛੱਲੇ ਬਾਰੇ ਕੀ ਆ। ਵੈਸੇ ਅਸੀਂ ਦੱਸਿਆ ਉਸ ਹਿਸਾਬ ਨਾਲ ਦੇਖੋ ਪ੍ਰੋਗਰਾਮ, ਜ਼ਰੂਰਤ ਤਾਂ ਨਹੀਂ ਬੰਦਾ ਹਰ ਪ੍ਰੋਗਰਾਮ ਦੇਖਦਾ। ਤੋ ਅੱਜ ਸੰਗੀਤ ਦੀ ਗੱਲ ਕਰੀਏ, ਸੰਗੀਤਕ ਸਫ਼ਰ ਛੱਲਾ ਵੈਸੇ ਬੜਾ ਕੀ ਆ ਕਹਿੰਦੇ ਹੁੰਦੇ ਦਰਦਨਾਇਕ ਦਰਦਨਾਕ ਕਿੱਸਾ ਹੈਗਾ, ਪਰ ਉਹ ਛੱਲਾ ਗੀਤ ਜਿਹੜਾ ਹੈਗਾ ਉਹਦੀ ਗੱਲ ਕਰੀਏ ਤਾਂ ਉਹ ਬਹੁਤ ਮਸ਼ਹੂਰ ਹੋਇਆ, ਉਹਦਾ ਅਸੀਂ ਜ਼ਿਕਰ ਕਰਾਂਗੇ। ਵਿਸ਼ੇ ਦੀ ਗੱਲ ਕਰੀਏ ਤਾਂ ਅੱਜ ਮੈਂ ਇਹ ਚਾਹੁੰਦਾ ਹੁੰਦਾ ਜਿਹੜਾ ਹੁਣ ਕਿ ਘੱਟ ਗਿਆ ਕਾਫੀ ਸੁਣਨ ਸੁਣਾਉਣ ਦਾ, ਕੋਈ ਸੰਗੀਤਕ ਮਾਹੌਲ ਹੈਗਾ, ਕੋਈ ਸ਼ੇਅਰ, ਕੋਈ ਕਵਿਤਾ। ਸੁਰਿੰਦਰ ਸਿੰਘ ਪਹਿਲਾਂ ਸੁਣਾਉਂਦੇ ਹੁੰਦੇ ਸੀਗੇ, ਉਹ ਮੇਰੇ ਖਿਆਲ ਇੰਡੀਆ ਹੀ ਬੈਠੇ ਨੇ, ਅਤੇ ਸੁੰਦਰ ਸਾਹਿਬ ਸੁਣਾਉਂਦੇ ਹੁੰਦੇ ਸੀ ਆਪਣੀ ਕੋਈ ਕਵਿਤਾ ਜਾਂ ਹੋਰ ਕੁਛ ਵੀ ਸੁਣਨ ਸੁਣਾਉਣ ਵਾਲਾ ਜਿਹੜਾ ਹੈਗਾ ਉਹਦਾ ਮਾਹੌਲ ਅੱਜ ਥੋੜ੍ਹਾ ਜਿਹਾ ਰੱਖਿਆ ਕਰੀਏ। ਅਤੇ ਵਿਸ਼ਾ ਕੋਈ ਵੀ ਜਿਹੜਾ ਤੁਸੀਂ ਅੱਜ ਆਪਾਂ ਕਿਸੇ ਟੌਪਿਕ 'ਤੇ ਵੀ ਗੱਲ ਕਰ ਸਕਦੇ ਹਾਂ, ਮੈਮੋਰੀਅਲ ਡੇ 'ਤੇ ਵੀ ਅਸੀਂ ਇਹ ਯਾਦ ਕਰ ਸਕਦੇ ਹਾਂ ਸ਼ਹੀਦਾਂ ਨੂੰ। ਅਸੀਂ ਜਿਸ ਮੁਲਕ 'ਚ ਬੈਠੇ ਹਾਂ ਸਾਡਾ ਫਰਜ਼ ਬਣਦਾ ਉਸ ਮੁਲਕ ਦਾ ਜਿਹੜਾ ਕੋਈ ਵੀ, ਇੱਕ ਤਾਂ ਚਲੋ ਰੀਤੀ ਰਿਵਾਜ਼ ਹੁੰਦੇ, ਇੱਕ ਕੋਈ ਵੀ ਦਿਨ ਇਸ ਤਰ੍ਹਾਂ ਦਾ ਹੈਗਾ ਸ਼ਹੀਦਾਂ ਦਾ ਦਿਨ ਹੈਗਾ, ਅਤੇ ਸਾਡਾ ਫਰਜ਼ ਬਣਦਾ ਇਕੱਲੇ ਅਸੀਂ ਇਸ ਮੁਲਕ ਦੇ ਸ਼ਹੀਦਾਂ ਨੂੰ ਨਹੀਂ, ਆਪਣੇ ਮੁਲਕ ਦੇ ਪੂਰੀ ਦੁਨੀਆ ਦੇ ਵਿੱਚ ਸ਼ਹੀਦ ਜਿਹੜੇ ਹੋਏ ਨੇ ਲੋਕ ਜਿਨ੍ਹਾਂ ਨੇ ਆਪਣੇ ਆਪਣੇ ਮੁਲਕ ਨੂੰ ਆਜ਼ਾਦ ਕਰਾਇਆ, ਉਹਨਾਂ ਦਾ ਜ਼ਿਕਰ ਅਸੀਂ ਕਰੀਏ। ਖਬਰ ਪਾਸੇ ਹੀ ਪਈ ਰਹਿ ਗਈ ਬਾਬਾ, ਸਰਗਰਮ ਸੀ ਇਹਦਾ ਵੀ ਟਾਈਟਲ ਪੜ੍ਹੀਏ ਤਾਂ ਲੱਗਦਾ ਵੀ ਯਾਰ ਵਿੱਚ ਪਤਾ ਕਿੱਡੀ ਖਬਰ ਹੋਣੀ ਆ। ਇਹ ਤਮ ਵਾਹਿਦਾ ਲੀਡਰਾਂ ਦੇ ਜਿਹੜੇ ਵਾਅਦੇ ਆ ਦੇਣ ਦੇ, ਅਸੀਂ ਆਹ ਦੇ ਦਾਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ, ਉਹ ਪਤਾ ਹੀ ਆ ਆਪਾਂ ਨੂੰ। ਪੰਜਾਬ ਦੇ ਵਿੱਚ ਵੀ ਉਹ ਸਮਾਰਟਫੋਨ ਦੇਵਾਂਗੇ ਜੀ ਸਾਰੇ ਨੌਜਵਾਨਾਂ ਨੂੰ, ਕੁੜੀਆਂ ਨੂੰ ਲੈਪਟੋਪ ਦੇਵਾਂਗੇ ਜੀ, ਕੁੜੀਆਂ ਨੂੰ ਸਕੂਟਰੀਆਂ ਦੇਵਾਂਗੇ, ਇਹੋ ਜਿਹੇ ਬੜੇ ਵਾਅਦੇ ਹੁੰਦੇ ਸੀਗੇ। ਰਾਜਾ ਵੜਿੰਗ ਸਾਹਿਬ ਨੇ ਮੇਰੇ ਖਿਆਲ ਗੁਰਦਾਸਪੁਰ ਦੀਆਂ ਚੋਣਾਂ 'ਚ ਉੱਥੇ ਵਾਅਦਾ ਕੀਤਾ ਸੀਗਾ ਵੀ ਤੁਹਾਡੇ ਮੁੰਡੇ ਜੰਮਣਗੇ ਅਤੇ ਸਰਕਾਰ ਸੋਨੇ ਦੀਆਂ ਤੜਾਗੀਆਂ ਪਾਊਗੀ। ਤੜਾਗੀਆਂ ਦਾ ਅੱਜ ਕੱਲ੍ਹ ਰਿਵਾਜ਼ ਹੈ ਨਹੀਂ, ਤੜਾਗੀਆਂ ਉਹ ਕਹਿੰਦੇ ਸੋਨੇ ਦੀਆਂ ਤੁਹਾਡੇ ਜਵਾਕਾਂ ਨੂੰ ਪਹਿਣਗੀਆਂ। ਫਿਰ ਉਹ ਕਹਿੰਦੇ ਜੇ ਤੁਹਾਡੇ ਮੁੰਡੇ ਦਾ ਵਿਆਹ ਹੋਊਗਾ ਤਾਂ ਫਿਰ ਭਾਈ ਤੁਹਾਨੂੰ ਇਨੋਵਾ ਜਿਹੜੀਆਂ ਗੱਡੀਆਂ ਬਰਾਤ ਜਾਣ ਵਾਸਤੇ ਉਹ ਸਰਕਾਰ ਵੱਲੋਂ ਦਿੱਤੀਆਂ ਜਾਣਗੀਆਂ। ਇਹੋ ਜਿਹਾ ਬੜਾ ਕੁਛ ਹੁੰਦਾ। ਤਾਮਿਲਨਾਡੂ 'ਚ ਵਾਸ਼ਿੰਗ ਮਸ਼ੀਨਾਂ ਦੇਣ ਦਾ ਇੱਕ ਕਿਸੇ ਨੇ ਕੀਤਾ ਸੀ ਵੀ ਕਹਿੰਦੇ ਵੀ ਡਿਜੀਟਲ, ਇਹ ਤਾਂ ਮਤਲਬ ਬਹੁਤ ਚੱਲਦਾ ਪੰਜਾਬ 'ਚ, ਬਹੁਤ ਚੱਲਦਾ ਵੀ ਆਹ ਕਰਾਂਗੇ ਉਹ ਕਰਾਂਗੇ। ਅਤੇ ਇੱਕ ਲੀਡਰ ਆਜ਼ਾਦ ਉਮੀਦਵਾਰ ਹੈ ਆਰ ਸਰਵਨਨ ਤਾਮਿਲਨਾਡੂ ਦਾ, ਇਹ ਵੀ ਇਹਨੇ ਜਿਹੜੇ ਆਪਣੇ ਕਹਿੰਦੇ ਚੋਣ ਵਾਅਦੇ 'ਚ ਕਿਹਾ ਕਿ ਮੈਂ ਭਾਈ ਵੋਟ ਦਿਓ 100 ਦਿਨ ਚੰਦਰਮਾ ਦੀ ਸੈਰ 'ਤੇ ਜਾਓ, 100 ਦਿਨ ਚੰਦਰਮਾ ਦੀ ਸੈਰ ਮੁਫਤ ਸਾਰਿਆਂ ਨੂੰ ਆਈਫੋਨ, ਮੁਫਤ ਛੋਟਾ ਹੈਲੀਕਾਪਟਰ,
ਹਰ ਪਰਿਵਾਰ ਦੇ ਬੈਂਕ ਦੇ ਖਾਤੇ ਵਿੱਚ 1 ਕਰੋੜ ਰੁਪਈਆ। ਘਰੇਲੂ ਕੰਮਾਂ ਲਈ ਮੁਫਤ ਰੋਬੋਟ, ਘਰੇਲੂ ਕੰਮ ਕਰਨ ਵਾਲੇ ਰੋਬੋਟ ਦੇਊਗੇ। ਸਵਿਮਿੰਗ ਪੂਲ ਦੇਣਗੇ ਹਰ ਘਰ 'ਚ, 3 ਮੰਜ਼ਿਲਾ ਘਰ ਹੋਊਗਾ ਹਰ ਬੰਦੇ ਨੂੰ। ਵਿਆਹ ਲਈ ਔਰਤਾਂ ਨੂੰ ਸੋਨੇ ਦੇ ਗਹਿਣੇ, ਹਰ ਪਰਿਵਾਰ ਲਈ 1 ਕਿਸ਼ਤੀ। ਨੌਜਵਾਨਾਂ ਨੂੰ ਕਾਰੋਬਾਰ ਸ਼ੁਰੂ ਕਰਨ ਲਈ 1 ਕਰੋੜ ਰੁਪਈਆ। ਅੰਗਹੀਣਾਂ ਨੂੰ 10 ਲੱਖ ਰੁਪਈਏ। ਪਲਾੜ ਖੋਜ ਲਈ ਸਟੇਸ਼ਨ ਬਣਾਵਾਂਗੇ ਸਾਡੇ। ਰਾਕਟ ਲਾਂਚ ਪੈਡ ਦੀ ਸਥਾਪਨਾ ਕਰਾਂਗੇ ਅਤੇ ਚੋਣ ਖੇਤਰ ਨੂੰ ਠੰਡਾ ਰੱਖਣ ਲਈ 300 ਫੁੱਟ ਉੱਚਾ ਨਕਲੀ ਬਰਫ਼ ਵਾਲਾ ਪਹਾੜ ਬਣਾਇਆ ਜਾਊਗਾ। ਇਹ 14 ਵਾਅਦੇ ਉਹਨੇ ਕੀਤੇ। ਪਰ ਇਹਦੇ ਪਿੱਛੇ ਜਦੋਂ ਉਹਨੂੰ ਪੁੱਛਿਆ ਵੀ ਭਾਈ ਤੁਸੀਂ ਇੰਨੇ ਵਾਅਦੇ ਕਰਤ ਲਏ ਹੋ ਅਤੇ ਪੂਰੇ ਕਿੱਦਾਂ ਕਰੋਗੇ ਜੇ ਜਿੱਤ ਗਏ, ਉਹ ਕਹਿੰਦੇ ਵੀ ਇਹ ਵਾਅਦੇ ਮੈਂ ਲੋਕਾਂ ਨੂੰ ਉਹਦੇ 'ਚੋਂ ਕੱਢਣ ਵਾਸਤੇ ਕੀਤੇ ਆ, ਬਈ ਤੁਸੀਂ ਲੋਕਾਂ ਦੀ ਜਾਗਰੂਕ ਕਰਨ ਵਾਸਤੇ ਕੀਤੇ ਆ, ਮੁਫਤਖੋਰੀ 'ਚ ਨਾ ਫਸੋ ਅਤੇ ਬਾਕੀ ਭਾਈ ਬਾਕੀ ਜਿਹੜੇ ਵਾਅਦੇ ਕਰਦੇ ਆ ਉਹਨਾਂ ਨੇ ਘੱਟ ਪੂਰੇ ਕਰਨੇ ਆ। ਜੇ ਵਾਅਦੇ ਕਰਨੇ ਫਿਰ ਠੋਕ ਕੇ ਕਰੋ, ਪੂਰੇ ਤਾਂ ਆਪਾਂ ਕਰਨੇ ਨਹੀਂ, ਪਹਿਲੀ ਗੱਲ ਤਾਂ ਆਪਾਂ ਜਿੱਦੇ ਹੀ ਨਹੀਂ। ਦੂਜੀ ਗੱਲ ਭਾਈ ਜਿੱਤ ਵੀ ਗਏ ਤਾਂ ਆਪਾਂ ਕਿਹੜੇ ਫਿਰ ਵਾਅਦੇ ਪੂਰੇ ਕਰਨੇ ਆ, ਬਾਕੀ ਨਹੀਂ ਕਰਦੇ, ਬਾਕੀ ਕਰਦੇ ਪੂਰੇ ਵਾਅਦੇ। ਅਤੇ ਇਹ ਬੜੀ ਕਸੂਤੀ ਜਿਹੀ ਖਬਰ ਸੀਗੀ ਪਾਸੇ ਪਈ। ਤਾਂ ਹੁਣ ਆਪਾਂ ਛੱਲੇ ਦੀ ਗੱਲ ਕਰੀਏ। ਛੱਲਾ ਬਹੁਤ ਮਸ਼ਹੂਰ ਗਾਣਾ, ਆਪਾਂ ਨੂੰ ਲੱਗਦਾ ਬਹੁਤ ਸਾਰੇ ਗਾਇਕਾਂ ਨੇ ਗਾਇਆ ਵੀ, ਗੁਰਦਾਸ ਮਾਨ ਨੇ ਛੱਲਾ ਉਹ ਗਾਇਆ ਸੀਗਾ ਅਤੇ ਇਉਂ ਲੱਗਦਾ ਵੀ ਗੁਰਦਾਸ ਮਾਨ ਦਾ ਛੱਲਾ ਹੀ ਅਸਲੀ ਛੱਲਾ ਹੈ। ਪਰ ਅਸਲ ਛੱਲਾ ਜਿਹੜਾ ਇਹ 1934 'ਚ ਜਿਹੜੇ ਗਾਉਣ ਦੀ ਆਪਾਂ ਗੱਲ ਕਰੀਏ ਤਾਂ ਪਾਕਿਸਤਾਨ ਅਤੇ ਗੁਜਰਾਤ ਵਿੱਚ ਚਲ ਗਿਆ ਸੀਗਾ ਛੱਲੇ ਦਾ ਬਾਪ ਜਿਹੜਾ ਸੀਗਾ। ਇਹ ਇੱਕ ਅਮਰ ਗਾਥਾ ਬਣ ਗਈ ਅਤੇ ਛੱਲਾ ਗੀਤ ਨੌਟੰਕੀ ਥੀਏਟਰ, ਜਿਸ ਨੂੰ ਬਾਅਦ ਵਿੱਚ ਪਾਕਿਸਤਾਨ ਥੀਏਟਰ ਵੀ ਕਿਹਾ ਜਾਂਦਾ, ਉਹਦੇ ਮਾਲਕ ਫਜ਼ਲ ਸ਼ਾਹ ਅੱਲਾ ਭਾਜੀ ਸ਼ਾਹ ਉਹਨਾਂ ਨੂੰ ਕਹਿੰਦੇ ਹੁੰਦੇ ਸੀ, ਉਹਨਾਂ ਦੁਆਰਾ ਇਹ ਲਿਖਿਆ ਸੀਗਾ। ਅਤੇ ਉਹਨਾਂ ਦੀ ਪਤਨੀ ਜਿਹੜੀ ਅਮਾਨ ਇਕਬਾਲ ਸੀ, ਉਹਨਾਂ ਨੇ ਇਹਦਾ ਸੰਗੀਤ ਦਿੱਤਾ ਸੀਗਾ। ਅਤੇ ਉਸ ਵੇਲੇ 1934 'ਚ ਉਸ ਵੇਲੇ ਉਹਨਾਂ ਦੇ ਗੋਦ ਲਏ ਪੁੱਤਰ ਆਸ਼ਿਕ ਹੁਸੈਨ ਜੱਟ, ਉਹਨਾਂ ਨੇ ਇਹ ਛੱਲਾ ਗਾਇਆ ਸੀ 1934 ਸਭ ਤੋਂ ਪਹਿਲਾਂ। ਫਿਰ ਸ਼ੌਕਤ ਅਲੀ ਸਾਹਿਬ ਦੇ ਜਿਹੜੇ ਵੱਡੇ ਭਰਾ ਸੀਗੇ ਇਨਾਇਤ ਅਲੀ ਜੀ, ਉਦੋਂ ਬਾਅਦ ਉਹਨਾਂ ਨੇ ਗਾਇਆ, ਫਿਰ ਪ੍ਰਸਿੱਧ ਉਹਨਾਂ ਤੋਂ ਹੋਇਆ, ਫਿਰ ਸ਼ੌਕਤ ਅਲੀ ਸਾਹਿਬ ਨੇ ਗਾਇਆ, ਫਿਰ ਗੁਰਦਾਸ ਮਾਨ ਸਾਹਿਬ ਨੇ ਗਾਇਆ, ਫਿਰ ਆਪਣੇ ਛੱਲੇ ਇੱਧਰ, ਪਤਾ ਹੀ ਆ ਕਿੰਨੇ ਕੁ ਛੱਲੇ ਗਾਏ ਆ, ਛੱਲੇ ਦਾ ਕੀ ਬਣਿਆ। ਛੱਲੇ ਨੂੰ ਵੀ ਜੁਗਨੀ ਵਾਂਗੂ ਆਪੋ ਆਪਣਾ ਰੰਗ ਸਭ ਨੇ ਦਿੱਤਾ। ਛੱਲਾ ਅਸਲ 'ਚ ਪਿਓ ਪੁੱਤ ਦੇ ਵਿਛੋੜੇ ਦੀ ਦਾਸਤਾਂ ਸੀ, ਆਪਾਂ ਪਹਿਲਾਂ ਵੀ ਗੱਲ ਕੀਤੀ। ਜੱਲੇ ਨਾਮ ਦਾ ਇੱਕ ਬੇੜੀ ਦਾ ਮਲਾਹ ਸੀ, ਉਹਦਾ ਪੁੱਤਰ ਸੀ, ਪੈਦਾ ਹੋਇਆ ਪੁੱਤਰ, ਬੜੀਆਂ ਖੁਸ਼ੀਆਂ ਹੁੰਦੀਆਂ ਸਭ ਨੂੰ ਹੁੰਦੀਆਂ, ਉਹਦਾ ਨਾਂ ਛੱਲਾ ਰੱਖਿਆ। ਜੱਲੇ ਨੇ ਆਪਣੇ ਪੁੱਤਰ ਨਾਲ ਛੱਲਾ ਰੱਖਿਆ। ਛੱਲੇ ਦੀ ਮਾਂ ਦੀ ਮੌਤ ਹੋ ਗਈ ਛੋਟੀ ਉਮਰ 'ਚ, ਅਤੇ ਛੱਲੇ ਨੂੰ ਸਾਂਭਣ ਦੀ ਜ਼ਿੰਮੇਵਾਰੀ ਸੁਭਾਵਿਕ ਤੌਰ 'ਤੇ ਉਹਦੇ ਪਿਓ 'ਤੇ ਹੀ ਪੈਣੀ ਸੀ, ਜੱਲੇ 'ਤੇ ਪੈ ਗਈ। ਜੱਲਾ ਰੋਟੀ ਰੋਟੀ ਬਣਾ ਕੇ ਖਵਾ ਕੇ ਉਹਨੂੰ ਆਪਣੇ ਨਾਲ ਫਿਰ ਬੇੜੀ ਦੇ ਵਿੱਚ ਲੈ ਆਉਂਦਾ ਸੀਗਾ, ਸਵਾਰੀਆਂ ਢੋਂਦਾ ਸੀ, ਨਾਲ ਉਹਨੂੰ ਵਾਪਸ ਲੈ ਜਾਂਦਾ ਸੀਗਾ। ਇੱਕ ਦਿਨ ਕਹਿੰਦੇ ਉਹ ਬਿਮਾਰ ਹੋ ਗਿਆ ਜ਼ਿਆਦੇ, ਅਤੇ ਸਵਾਰੀਆਂ ਜਿਹੜੀਆਂ ਜਾਣੀਆਂ ਸੀ ਕਿਸ਼ਤੀ ਦੀਆਂ, ਜਿਨ੍ਹਾਂ ਨੇ ਜਾਣਾ ਸੀ, ਤਾਂ ਉਹ ਕਹਿੰਦੇ ਵੀ ਅਸੀਂ ਤਾਂ ਜਾਣਾ ਬਾਹਲਾ ਜ਼ਰੂਰੀ ਹੈ। ਉਹ ਕਹਿੰਦੇ ਵੀ ਨਹੀਂ ਮੈਂ ਜਾ ਨਹੀਂ ਸਕਦਾ। ਉਹ ਕਹਿੰਦੇ ਨਹੀਂ ਜੀ, ਸਾਡਾ ਬਹੁਤ ਜ਼ਰੂਰੀ ਹੈ, ਤੁਸੀਂ ਆਪਣੇ ਪੁੱਤ ਨੂੰ ਭੇਜ ਦਿਓ, ਉਹਨਾਂ ਪੁੱਤ ਨੂੰ ਮੈਂ ਭੇਜਣਾ ਨਹੀਂ। ਫਿਰ ਬਾਹਲਾ ਜ਼ੋਰ ਪਾਉਣ 'ਤੇ ਪੁੱਤ ਨੂੰ ਭੇਜਿਆ ਉਹਨੂੰ ਛੱਲੇ ਨੂੰ, ਅਤੇ ਛੱਲਾ ਕਹਿੰਦੇ ਵਾਪਸ ਆਇਆ ਨਹੀਂ, ਹੜ ਹੜਾ ਗਏ ਬਰਕਰਾ ਕੇ। ਉਦੋਂ ਬਾਅਦ
ਉਡੀਕਦੇ ਰਹੇ, ਪਿੰਡ ਵਾਲੇ ਵੀ ਲੱਭਦੇ ਰਹੇ, ਕਿਤੇ ਲੱਭਿਆ ਨਹੀਂ ਛੱਲਾ, ਅਤੇ ਫਿਰ ਉਹ ਰੋ ਰੋ ਕੇ, ਜਿਵੇਂ ਹੁੰਦਾ ਹੀ ਆ ਜੀ, ਪੁੱਤ ਦਾ ਵਿਛੋੜਾ ਕਿਹਨੂੰ ਹੁੰਦਾ, ਔਲਾਦ ਦਾ ਵਿਛੋੜਾ ਕਿਹਨੂੰ ਨਹੀਂ ਹੁੰਦਾ। ਅਤੇ ਉਹ ਰੋਂਦਾ ਵੀ ਜੇ ਛੱਲੇ ਦੀ ਮਾਂ ਜੀ ਹੁੰਦੀ ਹੁੰਦੀ ਤਾਂ ਮੈਂ ਇਹਨੂੰ ਕਦੇ ਨਾ ਭੇਜਦਾ, ਕਰੇ ਹੁੰਦਾ ਜੇ ਉਹ ਕਰਦੇ ਕਰਾਉਂਦੇ। ਹਰੀ ਕੇ ਪੱਤਣ ਦੀ ਗੱਲ ਆ, ਆਪਣੇ ਵਾਲੇ ਪਾਸੇ ਹਰੀ ਕੇ ਪੱਤਣ। ਫਿਰ ਉਹ ਜਦੋਂ ਜ਼ਿਆਦਾ ਦੁਖੀ ਹੋ ਗਿਆ, ਸਿਹਤ ਸੂਤ ਠੀਕ ਨਹੀਂ ਰਹਿਣ ਲੱਗੀ, ਫਿਰ ਉਹ ਹਰੀ ਕੇ ਪੱਤਣ ਤੋਂ ਪਾਕਿਸਤਾਨ ਗੁਜਰਾਤ ਚਲੇ ਗਿਆ। ਉੱਥੇ ਬਾਅਦ 'ਚ ਵਾਰ ਵੂਰ ਹੋਣ ਤੋਂ ਬਾਅਦ ਉਹਨਾਂ ਦੀ ਮੌਤ ਹੋਈ ਆ, ਅਤੇ ਸਮਾਧ ਉਹਨਾਂ ਦੀ ਪਾਕਿਸਤਾਨ ਦੇ ਵਿੱਚ ਬਣੀ ਹੋਈ ਹੈ। ਵੈਸੇ ਤਾਂ ਇਹ ਅਸੀਂ ਛੱਲਾ ਗੀਤ ਕਰਕੇ ਮੁੜ ਕੇ ਮਸ਼ਹੂਰ ਹੋ ਗਿਆ, ਅਦਰਵਾਈਜ਼ ਅਸੀਂ ਗੱਲ ਕਰੀਏ ਤਾਂ ਕੋਈ ਕਿਤੇ ਵੀ ਇਹ ਜਿਹੜੀ ਘਰ ਘਰ ਦੀ ਕਹਾਣੀ ਹੈ, ਖਾਸ ਤੌਰ 'ਤੇ ਜੇ ਕਿਸੇ ਦੇ ਇਸ ਤਰ੍ਹਾਂ ਦਾ ਭਾਣਾ ਵਾਪਰਿਆ, ਪੁੱਤ ਜਾਂ ਬੱਚੀ ਦੀ ਡੈਥ ਹੋਈ ਆ, ਜਾਂ ਇਉਂ ਕਹਿ ਲਓ ਕਿ ਸਭ ਤੋਂ ਵੱਡਾ ਭਾਰ ਦੁਨੀਆ ਦਾ ਉਹ ਆ ਜੇ ਕਿਸੇ ਮਾਂ ਬਾਪ ਨੂੰ ਆਪਣੇ ਪਿਓ ਦੀ ਆਰਥੀ ਮੋਢੇ 'ਤੇ ਰੱਖਣੀ ਪੈਂਦੀ ਆ। ਦੁੱਖ ਇਹ ਸੁਭਾਵਿਕ ਹੈ, ਸਾਰਿਆਂ ਨੂੰ ਹੋਣਾ। ਫਿਰ ਇਹਦੇ 'ਚ ਲਿਖਿਆ ਆਪੋ ਆਪਣੇ ਹਿਸਾਬ ਨਾਲ ਵਿਗਾੜ ਲਿਆ ਛੱਲਾ, ਪਰ ਅਸੀਂ ਪਹਿਲਾਂ ਸ਼ੌਕਤਲੀ ਸਾਹਿਬ ਵਾਲਾ ਛੱਲਾ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਉਸ ਤੋਂ ਬਾਅਦ ਜਿਵੇਂ ਮੈਂ ਤੁਹਾਡੀਆਂ ਗੱਲਾਂ ਆ ਜਾਣਗੀਆਂ ਨਾਲ ਨਾਲ ਗੱਲਬਾਤ ਕਰ ਲਾਂਗੇ, ਅਤੇ ਵਿਸ਼ਾ ਆਪਾਂ ਕੋਈ ਵੀ ਰੱਖ ਸਕਦੇ ਹਾਂ, ਕੋਈ ਵੀ ਗੱਲਬਾਤ ਪੰਜਾਬ ਦੀ ਕਰ ਸਕਦੇ ਹਾਂ, ਆਪ ਕੋਈ ਵੀ ਪਿਛਲੇ ਹਫ਼ਤੇ ਦੀ ਕੋਈ ਅਪਡੇਟ ਹੋਵੇ। ਕਈ ਵਾਰੀ ਮੈਂ ਹੁਣ ਜਿੱਦਾਂ ਵੀਕਡੇਜ਼ 'ਤੇ ਜ਼ਿਆਦਾ ਇਨ ਟੱਚ ਰਹੀਦਾ, ਵੀਕਐਂਡ 'ਤੇ ਬਾਹਰ ਬੂਰ ਹੋਣ ਕਰਕੇ ਕਈ ਵਾਰੀ ਆਊਟ ਆਫ ਟੱਚ ਹੋ ਜਾਈਦਾ। ਵੈਸੇ ਤਾਂ ਫੋਨ ਹੈਗਾ, ਆਊਟ ਆਫ ਟੱਚ ਹੋ ਨਹੀਂ ਦਿੰਦਾ, ਕਹਿੰਦਾ ਮੇਰੇ ਟੱਚ 'ਚ ਹੀ ਰਹੋ, ਤੁਸੀਂ ਹੋਰ ਕਿਸੇ ਟੱਚ ਹੋਣਾ ਹੀ ਨਾ, ਗਏ ਰਿਸ਼ਤੇਦਾਰ ਨਾਲ ਭੈਣ ਭਰਾ ਕਿਸੇ ਘਰ ਦੇ ਪਰਿਵਾਰ ਦੇ ਮੈਂਬਰ ਦੇ ਟੱਚ ਵੀ ਹੋਣਾ, ਤੁਸੀਂ ਫੋਨ, ਕਹਿੰਦਾ ਮੇਰੇ ਟੱਚ ਹੀ ਰਹਿਣਾ ਵਾ। ਚਲੋ ਫਿਰ ਵੀ ਕਾਲਾਂ ਆਪਾਂ ਆ ਗਈ ਹੈ, ਆਪਣੀ ਕਾਲ ਥਿੰਦ ਸਾਹਿਬ ਦੀ ਕਾਲ ਆ ਗਈ ਹੈ, ਅਤੇ ਪਹਿਲਾਂ ਫਿਰ ਕਾਲ ਹੀ ਸੁਣ ਲੈਂਦੇ ਹਾਂ ਅਤੇ ਫਿਰ ਅਸੀਂ ਗਾਣਾ ਦਿਖਾਉਂਦੇ ਹਾਂ ਜੀ। ਸਰਦਾਰ ਇੰਦਰਜੀਤ ਸਿੰਘ ਜੀ ਥਿੰਦ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਸਵਾਗਤ ਹੈ ਜੀ। ਹਾਂਜੀ, ਹੋਰ ਸੁਣਾਓ ਕੀ ਗੱਲ ਹੈ ਜੀ? ਵਧੀਆ ਜੀ, ਵਧੀਆ। ਆ ਗਏ ਜੀ ਕੰਮ 'ਤੇ, ਦਿਹਾੜੀ ਲਾਉਣ? ਬਹੁਤ ਵਧੀਆ, ਜਿਹੜਾ ਸਮਾਂ ਲੰਘ ਜਾਏ ਜੀ। ਹਾਂਜੀ, ਉਹ ਬਹੁਤ ਚੰਗਾ। ਉਹਦੇ ਨਾਲ ਦੀ ਰੀਜ਼ਨਿੰਗ, ਤੁਸੀਂ ਚੱਲੇ ਦੀ ਕਹਾਣੀ ਸੁਣਾਈ। ਉਹ ਲੜਕੇ ਗਿਆ ਸੀ, ਪਿਓ ਨੇ ਭੇਜਿਆ ਨਹੀਂ ਸੀਗਾ। ਅੱਛਾ ਅੱਛਾ ਅੱਛਾ, ਮਤਲਬ ਲੜਕੇ ਗਿਆ ਸੀ ਵੀ, ਸੋ ਉਹਨਾਂ ਨੂੰ ਨਰਾਜ਼ ਨਹੀਂ ਕਰਨਾ ਸਵਾਰੀਆਂ ਨੂੰ। ਠੀਕ ਹੈ ਠੀਕ ਹੈ ਠੀਕ ਹੈ। ਅੱਛਾ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਅੱਛਾ, ਮਤਲਬ ਧੱਕੇ ਨਾ ਮਰਜ਼ੀ, ਆਪਣੀ ਮਰਜ਼ੀ ਨਾਲ ਉਹ ਚਲੇ ਗਿਆ, ਮਰਜ਼ੀ ਨਾਲ ਦਿੱਤਾ। ਇਹ ਗੁਰਦਾਸ ਮਾਨ ਨੇ ਸ਼ੁਰੂ ਕੀਤਾ, ਜਾਂ ਉਹ ਵੀ ਕੋਈ ਮੋੜ ਲਿਆ, ਉਹ ਫਿਰ ਨਾਲ ਗਿਆ ਲੜਕੇ। ਹਾਂ, ਇਹ ਉਹਨਾਂ ਦਾ ਲਿਖਿਆ, ਵੈਸੇ ਲਿਖਿਆ ਤਾਂ ਫਜ਼ਲ ਸ਼ਾਹ ਅਲਾਕ ਹੈਗੇ ਨੇ ਪਾਕਿਸਤਾਨ ਦੇ, 1934 ਚ ਲਿਖਿਆ। ਮੈਂ ਤੁਹਾਨੂੰ ਦੱਸਾਂ ਵੀ ਗਾਣਾ ਜਿੱਦਾਂ ਸ਼ੁਰੂ ਹੋਇਆ। ਹਾਂਜੀ, ਤੇ ਉਹ ਲੜਕੇ ਚੱਲ ਗਿਆ, ਨਹੀਂ ਮੈਂ ਜਾਣਾ ਜ਼ਰੂਰੀ। ਉੱਥੇ ਕਿਸ਼ਤੀ ਡੁੱਬ ਗਈ ਤੇ ਉਹ ਬੰਦੇ ਦੀ, ਬੱਚੇ ਦੀ ਡੈਥ ਹੋ ਗਈ। ਤੇ ਬਾਕੀ ਪੰਜਾਬ ਦੀ ਗੱਲ ਜੇ ਕਰੀਏ, ਤੁਸੀਂ ਇੱਕ ਕਹਾਣੀ ਸੁਣਾਈ ਆ, ਤੇ ਉਹ ਕਹਿੰਦਾ ਵੀ ਮੈਂ ਆਹ ਸਭ ਕੁਝ ਦੇ ਦੂੰਗਾ। ਹਾਂਜੀ, ਬੜੀ ਇੰਟਰਸਟਿੰਗ ਕਹਾਣੀ ਹੈ। ਹਾਂਜੀ ਹਾਂਜੀ, ਨਹੀਂ ਇਹ ਖਬਰ ਸੀ ਸੱਚੀ ਇਹ। ਹਾਂਜੀ, ਮੋਹੀ ਜੋ ਵੀ ਹੈ ਬਹੁਤ ਇੰਟਰਸਟਿੰਗ ਹੈ। ਮੈਂ ਹਾਂਜੀ, ਵੀ ਉਹ ਕਹਿੰਦੇ ਵੀ ਜਦ ਪੂਰੇ ਹੀ ਨਹੀਂ ਕਰਨੇ, ਫਿਰ ਜਿਹੜੇ ਮਰਜ਼ੀ ਕਰੀ ਜਾਓ, ਵੀ ਲੋਕਾਂ ਨੂੰ ਅਵੇਅਰ ਕਰਨ ਵਾਸਤੇ। ਉਹਦਾ ਮਤਲਬ ਦੂਸਰਾ ਵੀ ਹੈਗਾ ਇੱਕ। ਹਾਂਜੀ, ਤੇ ਯਾਰ ਮੈਂ ਜਿੱਤਣਾ ਨਹੀਂ, ਤਾਂ ਮੈਂ ਜੋ ਮਰਜ਼ੀ ਕਹੀ ਚੋ। ਅਨੀ ਜਿੱਤਣ ਨਾਲੋਂ ਜ਼ਿਆਦਾ ਦੂਜੀ ਗੱਲ ਜ਼ਿਆਦਾ ਢੁੱਕਦੀ ਹੈ, ਵੀ ਪੂਰੇ ਤਾਂ ਕਰਨੇ ਨਹੀਂ, ਜਿਹੜੇ ਮਰਜ਼ੀ ਕਰੀ ਜਾਓ। ਨਹੀਂ, ਜਦੋਂ ਜਿਹੜੇ ਵਾਅਦੇ ਕਰਦੇ ਉਹਨਾਂ ਨੂੰ ਕੁਛ ਤਾਂ ਪੂਰੇ ਕਰਨੇ ਪੈਂਦੇ, ਔਰ ਕੁਛ ਮਜਬੂਰੀਆਂ ਆਉਂਦੀਆਂ। ਹੁਣ ਜੇ ਆਪਾਂ ਭਗਵੰਤ ਮਾਨ ਦੀ ਗੱਲ ਕਰੀਏ, ਹਾਂਜੀ, ਜਿਹੜੇ ਵਾਅਦੇ ਉਹ ਨਹੀਂ ਪੂਰੇ ਕਰ ਸਕਿਆ ਨਾ, ਉਹਦੇ ਵਿੱਚ ਸੈਂਟਰਲ ਗਵਰਨਮੈਂਟ ਬਹੁਤ ਵੱਡਾ ਡਿੱਕਾ ਆ। ਬੜੀ ਵਾਰ ਇਸ ਗੱਲ ਦਾ ਜ਼ਿਕਰ ਕਰ। ਹਾਂਜੀ ਹਾਂਜੀ ਹਾਂਜੀ, ਭਗਵੰਤ ਮਾਨ ਨਹੀਂ ਚਾਹੁੰਦਾ ਕਿ ਜਿਹੜੇ ਮੈਂ ਵਾਅਦੇ ਕੀਤੇ ਸੀ ਉਹ ਪੂਰੇ ਨਾ ਕਰ ਸਕਾਂ। ਉਹ ਸੰਸੀਅਰ ਆ ਉਸ ਕੰਮ 'ਚ।
ਹਾਂਜੀ ਮੇਰੀ ਐਫੀਲੀਏਸ਼ਨ ਕਿਸੇ ਵੀ ਪਾਰਟੀ ਨਾਲ ਨਹੀਂ ਹੈ, ਮੇਰੀ ਐਫੀਲੀਏਸ਼ਨ ਹਮੇਸ਼ਾ ਵੀ ਚੰਗੇ ਬੰਦਿਆਂ ਦੇ ਨਾਲ। ਜੀ ਬਿਲਕੁਲ, ਹਰ ਪਾਰਟੀ ਚੰਗੇ ਬੰਦੇ ਹੈਗੇ ਜੀ। ਹਾਂ, ਜਿੱਥੇ ਚੰਗਾ ਬੰਦਾ ਹੋਊਗਾ ਤੇ ਉੱਥੇ ਮੈਂ ਸਪੋਰਟ ਕਰਨੀ ਹੈ। ਜੀ 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 ਪੋਲੀਟੀਕਲ ਪਾਰਟੀ ਦੇ ਮੈਂ ਕਾਂਗਰਸ ਦੇ ਬਿਲਕੁਲ ਡੈਡ ਅਗੇਂਸਟ ਹੋ ਗਿਆ ਸੀ ਇੱਕ ਜ਼ਮਾਨੇ ਦੇ ਵਿੱਚ। ਅੱਛਾ ਜੀ, 84 ਤੋਂ ਬਾਅਦ। ਅੱਛਾ ਹਾਂਜੀ, 84 ਦੇ ਵਿੱਚ। ਠੀਕ ਹੈ ਠੀਕ ਹੈ, ਹਾਂਜੀ। ਉਸ ਤੋਂ ਪਹਿਲੇ ਸਪੋਰਟ 'ਚ ਸੀਗੇ। ਅੱਛਾ ਜੀ। ਪਰ ਅਲਟੀਮੇਟਲੀ 2004 'ਤੇ ਮੈਨੂੰ ਫਿਰ ਵਾਪਸ ਕਾਂਗਰਸ ਨੂੰ ਸਪੋਰਟ ਕਰਨੀ ਪਈ। ਉਹਦਾ ਕੰਮ ਸੀ ਡਾਕਟਰ ਮਨਮੋਹਨ ਸਿੰਘ ਜੀ। ਵਾਹ ਜੀ ਵਾਹ, ਵਾਕਿਆ ਜੀ। ਅਤੇ ਡਾਕਟਰ ਮਨਮੋਹਨ ਸਿੰਘ ਜੀ ਨੇ ਸਪੋਰਟ ਕੀਤੀ ਕਿਉਂਕਿ ਉਹ ਇੱਕ ਬਹੁਤ ਇਤਿਹਾਸਕ ਗਲਤੀ, ਇਤਿਹਾਸਕ ਗਲਤੀ ਨਹੀਂ ਕਹਿ ਸਕਦੇ, ਇਤਿਹਾਸਕ ਬਲੰਡਰ ਕੀਤੀ ਉਸ ਵੇਲੇ ਦੀ ਸਰਕਾਰ ਨੇ। ਹਾਂਜੀ ਬਿਲਕੁਲ। ਮੈਂ ਬੜੀ ਵਾਰੀ ਇਸ ਗੱਲ ਦਾ ਜ਼ਿਕਰ ਕਰ ਚੁੱਕਾ ਕਿ ਸਰਕਾਰ ਨੇ ਗਲਤੀ ਕੀਤੀ ਨਹੀਂ, ਸਰਕਾਰ ਤੋਂ ਗਲਤੀ ਸਾਰੀ ਪੋਲੀਟੀਕਲ ਪਾਰਟੀਆਂ ਨੇ ਕਰਵਾਈ ਕਰਵਾਈ, ਚਾਹੇ ਅਕਾਲੀ ਦਲ ਹੋਵੇ, ਹਾਂਜੀ, ਚਾਹੇ ਖੱਬੇ ਪੱਖੀ ਹੋਣ, ਚਾਹੇ ਬੀਜੇਪੀ ਹੋਵੇ। ਬਿਲਕੁਲ ਜੀ, ਇੰਦਰਾ ਗਾਂਧੀ ਦੀ ਹਾਲਤ ਉਸ ਵੇਲੇ ਇਹ ਹੋ ਗਈ ਸੀ, ਨਾ ਤਾਂ ਉਹਨੂੰ ਉੱਥੇ ਪਾਰਲੀਆਮੈਂਟ ਦੇ ਵਿੱਚ ਟਿਕਣ ਦਿੰਦੇ ਸੀ ਤੇ ਨਾ ਪਾਰਲੀਆਮੈਂਟ ਦੇ ਬਾਹਰ ਟਿਕਣ ਦਿੰਦੇ, ਦੇਸ਼ ਦੇ ਮੁਲਕ ਦੇ ਦੋ ਟੁਕੜੇ ਕਰਵਾ ਲੈਣੇ। ਹਾਂਜੀ। ਅਲਟੀਮੇਟਲੀ ਜਿਹੜੇ ਉਹਦੇ ਐਡਵਾਈਜ਼ਰ ਸੀਗੇ, ਹਾਂਜੀ, ਉਹ ਬੜੇ ਨਿਖੇ ਦਿਸਗੇ ਜੀ। ਉਹਨਾਂ ਨੇ ਕਿਹਾ ਵੀ 4 ਘੰਟੇ ਦਾ ਆਪਰੇਸ਼ਨ ਹੈ ਜੀ। ਦੂਜੀ ਗੱਲ ਤੇ ਜਿਹੜੇ ਉਹਦੇ ਆਪਣੇ ਦੂਸਰੇ ਐਡਵਾਈਜ਼ਰ, ਉਹਨਾਂ ਨੇ ਉਹ ਕੀਤੀ ਕਿ ਜਿਹੜੇ ਉਸ ਵੇਲੇ ਤਿਉਹਾਰ ਦਾ ਮੌਸਮ ਸੀਗਾ ਤੇ ਉਸ ਵੇਲੇ ਉਹ ਕੰਮ ਬਿਲਕੁਲ ਹੀ ਨਹੀਂ ਸੀ ਕਰਨਾ ਚਾਹੀਦਾ। ਹਾਂਜੀ ਬਿਲਕੁਲ ਜੀ। ਤੀਜੀ ਗਲਤੀ ਸਾਡੀ ਸੀ ਕਿ ਗੌਰਮੈਂਟ ਨੂੰ ਕੀ ਪਤਾ ਨਹੀਂ ਸੀ ਕਿ ਹਥਿਆਰ ਅੰਦਰ ਜਾ ਰਹੇ ਹਾਂ। ਹਾਂਜੀ, ਅਸੀਂ ਹਥਿਆਰ ਲਈ ਗਏ ਅੰਦਰ, ਲਈ ਗਏ ਅੰਦਰ। ਬਿਲਕੁਲ, ਗੌਰਮੈਂਟ ਚਾਹੁੰਦੀ ਸੀ ਹਥਿਆਰ ਅੰਦਰ ਜਾਣ, ਗੌਰਮੈਂਟ ਇਹ ਚਾਹੁੰਦੀ ਸੀ ਕਿ ਹਥਿਆਰ ਹਰਿਮੰਦਰ ਸਾਹਿਬ ਦੇ ਅੰਦਰ ਜਾਣ। ਹਾਂਜੀ ਹਾਂਜੀ, ਮਾੜਾ ਹੋਲਡ ਰੱਖੋ ਜੀ। ਬਿਲਕੁਲ ਹਾਂਜੀ, ਥੰਮਸ ਅਪ ਕੰਟੀਨਿਊ ਜੀ। ਹਾਂਜੀ, ਉਹ ਗੌਰਮੈਂਟ ਚਾਹੁੰਦੀ ਸੀ ਹਥਿਆਰ ਅੰਦਰ ਜਾਣ ਕਿ ਸਾਨੂੰ ਕੋ ਸਾਡੇ ਕੋ ਕੋਈ ਬਹਾਨਾ ਹੋਵੇ ਇਹਨਾਂ ਨੂੰ ਬਦਨਾਮ ਕਰਨ ਦਾ। ਬਿਲਕੁਲ ਬਿਲਕੁਲ ਸਹੀ ਗੱਲ, ਇਹ ਹੈ ਹਕੀਕਤ ਉਸ ਵੇਲੇ ਦੀ। ਤੇ ਇਹ ਹਾਂਜੀ, ਤੇ ਜਿਹੜੀ ਅੱਜ ਐਤਕੀ ਵੀ ਪੋਜੀਸ਼ਨ ਹੈਗੀ ਆ ਬੀਜੇਪੀ ਰੂਲਿੰਗ ਪਾਰਟੀ ਦੇ ਵਿੱਚ ਤਾਂ ਨਹੀਂ ਆਏਗੀ ਜਿੱਦਾਂ ਅਗਰ ਲੱਗਦਾ ਆ। ਅੱਛਾ ਜੀ, ਚੰਗਾ ਨਾ, ਆਪ ਤਾਂ ਚੇਂਜ ਚਾਹੀਦਾ। ਇਹ ਰਾਹੁਲ ਗਾਂਧੀ ਦਾ ਕਾਫ਼ੀ ਮਤਲਬ ਕਿ ਅੱਗੇ ਨਾਲੋਂ ਬਹੁਤ ਫਰਕ ਪਿਆ ਜੀ, ਕਹਿੰਦੇ ਸਾਰੇ ਇਹਦੇ 'ਚ ਗੱਲਬਾਤ 'ਚ ਵੀ, ਆ ਜਿਹੜੀਆਂ ਭਾਰਤ ਜੋੜੋ ਯਾਤਰਾ ਤੋਂ ਬਾਅਦ ਅਤੇ ਆ ਜਿਹੜੇ ਕੀ ਆ ਸੋਸ਼ਲ ਮੀਡੀਆ ਦੇ ਜਿੱਥੇ ਮੋਦੀ ਸਾਹਿਬ ਦਾ ਸਭ ਤੋਂ ਵੱਧ ਸੀਗੀ ਚੜ੍ਹਾਈ, ਉਹਦੇ ਤੋਂ ਵੀ ਕਈਆਂ ਚੀਜ਼ਾਂ ਤਾਂ ਅੱਗੇ ਲੰਘ ਗਏ ਨੇ। ਨਹੀਂ, ਅਗਰ ਭਾਸ਼ਣਾਂ ਦੀ ਗੱਲ ਕਰੀਏ ਰਾਹੁਲ ਨਾਲੋਂ ਕਿਤੇ ਵੱਧ ਅੱਛਾ ਬੋਲਦੀ ਹੈ ਪ੍ਰਿਯੰਕਾ। ਪ੍ਰਿਯੰਕਾ ਹਾਂਜੀ, ਅਤੇ ਕਈ ਲੋਕ ਸਰ ਕਹਿੰਦੇ ਜੇ ਪ੍ਰਿਯੰਕਾ ਨੂੰ ਮੂਹਰੇ ਕਰ ਦੇਣ ਫਿਰ ਹੋਰ ਗੱਲ ਜ਼ਿਆਦਾ ਵਧੀਆ ਬਣ ਸਕਦੀ ਹੈ। ਪ੍ਰਿਯੰਕਾ ਆਉਣਾ ਨਹੀਂ ਚਾਹੁੰਦੀ ਹੈ ਅਜੇ। ਅੱਛਾ ਅੱਛਾ, ਠੀਕ ਹੈ ਜੀ, ਠੀਕ ਹੈ। ਪੋਲਿਟਿਕਸ ਦੇ ਵਿੱਚ ਪੋਲਿਟਿਕਸ ਤਾਂ ਆ ਗਈ ਆ, ਪਰ ਮਤਲਬ ਇਲੈਕਸ਼ਨ ਨਹੀਂ ਲੜਨਾ ਚਾਹੁੰਦੀ ਸੀ। ਹਾਂਜੀ, ਚਲੋ ਠੀਕ ਹੈ, ਬਹੁਤ ਮਿਹਰਬਾਨੀ। ਕਿਉਂਕਿ ਜਿਹੜੀ ਬੀਜੇਪੀ ਚਾਹੁੰਦੀ ਸੀ ਉਹ ਇਲੈਕਸ਼ਨ ਲੜੇ ਤਾਂ ਕਿ ਉਹ ਇੱਕ ਜਗ੍ਹਾ ਸਟੇਸ਼ਨ ਹੋ ਜਾਵੇ ਤੇ ਪ੍ਰਚਾਰ ਨਾ ਕਰ ਸਕੇ, ਬੀਜੇਪੀ ਉਹ ਚਾਹੁੰਦੀ ਸੀ। ਹਾਂਜੀ, ਪਰ ਇਹਨਾਂ ਨੇ ਸਮਝਦਾਰੀ ਤੋਂ ਕੰਮ ਲਿਆ ਵੀ ਇਲੈਕਸ਼ਨ ਉਹਨੂੰ ਨਹੀਂ ਲੜਵਾਏ। ਬਹੁਤ ਮਿਹਰਬਾਨੀ ਜੀ, ਥੈਂਕ ਸਰ। ਧੰਨਵਾਦ ਜੀ, ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਨਾਦੇ ਵਾਲੀ ਗੱਲ ਜਿਹੜੀ ਆ, ਵਾਕਈ ਉਹਨੇ ਜਿਹੜੇ ਤਾਮਿਲਨਾਡੂ ਦਾ ਹੈਗਾ ਸੀ ਕੈਂਡੀਡੇਟ, ਕੋਈ ਉਹਨੇ ਕਲੀਅਰ ਕਰਤਾ ਵੀ। ਦੇਖੋ, ਮੈਂ ਵੀ ਪਹਿਲਾਂ ਹੈਰਾਨ ਰਹਿ ਗਿਆ ਵੀ 100 ਦਿਨ ਦੀ ਚੰਦਰਮਾਈ ਸੈਰ ਬੰਦਾ ਕਿਹੜਾ ਕਰੂ, ਕਿੰਨੇ ਕੁ ਪੈਸੇ ਹੋਣਗੇ ਉਸ ਕੋਲ, ਹੈਲੀਕਾਪਟਰ ਵੀ ਦੇ ਰਿਹਾ, ਸਭ ਕੁਝ ਦੇ ਰਿਹਾ। ਚਲੋ ਤੁਸੀਂ ਆਓ ਜੀ, ਆਪਾਂ ਕਰੀਏ ਗੱਲਾਂ ਬਾਤਾਂ। ਕਰ ਲਾ, 2-3 ਆਈਆਂ ਸੀ, ਡਰੋਪ ਹੋ ਗਈਆਂ, ਦੁਬਾਰਾ ਕਰ ਸਕਦੇ ਹੋ ਕਾਲ, ਅਤੇ ਉਨੀ ਦੇਰ ਫਿਰ ਆਪਾਂ
ਛੱਲੇ ਦੀ ਜਿਹੜੀ ਗੱਲ ਆ ਬੜਾ ਵਧੀਆ ਕਰੈਕਟ ਕੀਤਾ ਥਿੰਦ ਸਾਹਿਬ ਨੇ ਕਿ ਉਹ ਲੜ ਕੇ ਗਿਆ ਸੀ, ਕਿਉਂਕਿ ਗੀਤ ਦੇ ਅਸੀਂ ਕਿਸੇ ਦੇ ਮੂੰਹੋਂ ਸੁਣਦੇ ਗੀਤ ਅਤੇ ਸ਼ੁਰੂ ਇੱਥੇ ਹੀ ਹੁੰਦਾ, ਜਾਓ ਨਹੀਂ ਕੋਈ ਮੋੜ ਲਿਆਓ ਮੇਰੇ ਨਾਲ ਗਿਆ ਅੱਜ ਲੜ ਕੇ। ਇੱਕ ਪ੍ਰੋਬਲਮ ਆਉਂਦੀ ਹੈ ਵੀਡੀਓ ਜਿਹੜੀਆਂ ਬੜੀਆਂ ਪੁਰਾਣੀਆਂ ਮਿਲਦੀਆਂ ਨਹੀਂ ਜੇ ਕੁਆਲਿਟੀ ਵਧੀਆ ਨਹੀਂ ਮਿਲਦੀ, ਪਰ ਫਿਰ ਵੀ ਕੋਸ਼ਿਸ਼ ਮੇਰੀ ਇਹ ਹੁੰਦੀ ਆ ਵੀ ਕੁਆਲਿਟੀ ਵੀ ਠੀਕ ਹੋਵੇ ਅਤੇ ਵਧੀਆ ਜਿਹੜੇ ਗੀਤ ਹੋਣ ਉਹ ਵੀ ਤੁਹਾਡੇ ਨਾਲ ਇਸ ਤਰ੍ਹਾਂ ਸਾਂਝਾ ਕੀਤਾ ਜਾਵੇ। ਅਤੇ ਇਹ ਜਿਹੜੇ ਲੋਕ ਕਿੱਸੇ ਨੇ, ਲੋਕ ਗਾਥਾਵਾਂ ਨੇ ਸਾਡੀਆਂ ਪੰਜਾਬ ਦੀਆਂ, ਲੋਕ ਵਿਸ਼ਵਾਸ ਨੇ, ਉਹ ਮਤਲਬ ਕਹਿਣ ਤੋਂ ਲੋਕ ਗੀਤ ਬਣ ਜਾਂਦੇ ਨੇ। ਕਹਿਣ ਤੋਂ ਭਾਵ ਇਹ ਕਿ ਜਿਹੜੀ ਵੀ ਚੀਜ਼ ਲੋਕਾਂ ਦੀ ਲੋਕਾਂ ਨੇ ਬਣਾਈ ਆ ਉਹ ਲੋਕ ਗੀਤ, ਲੋਕ ਕਥਾ, ਲੋਕ ਗਾਥਾ। ਇਹ ਹੁਣ ਲੋਕ ਗਾਥਾਵਾਂ ਦੀ ਗੱਲ ਕਰੀਏ, ਬਹੁਤ ਸਾਰੀਆਂ ਆਉਂਦੀਆਂ ਨੇ, ਜਿਵੇਂ ਕਈ ਚੀਜ਼ਾਂ ਤਾਂ ਐਸੀਆਂ ਨੇ ਹੁਣ ਕਿਸੇ ਨੇ ਦੇਖਿਆ ਤਾਂ ਹੈ ਨਹੀਂ, ਉਦੋਂ ਜਿਵੇਂ ਲਿਖਦੇ ਗਏ ਸੁਣਦੇ ਗਏ ਉਵੇਂ ਉਵੇਂ ਗਾਂਹ ਦੀ ਗਾਂਹ ਚੱਲੀ ਗਿਆ ਅਤੇ ਚੇਂਜ ਹੋ ਗਿਆ। ਜਿਵੇਂ ਜੁਗਨੀ ਦੀ ਅਸੀਂ ਗੱਲ ਕਰੀ ਦੀ ਹੈ ਤਾਂ ਉਹ ਜੁਬਲੀ ਸੀ, ਜੁਬਲੀ ਤੋਂ ਜੁਗਨੀ ਬਣੀ ਸੀ, ਅਤੇ ਛੱਲੇ ਦੀ ਲੋਕ ਗਾਥਾ ਮਤਲਬ ਉੱਦਾਂ ਬੜੀ ਦਰਦਨਾਕ ਆ, ਪਰ ਗੀਤ ਇਹ ਮੁੜ ਕੇ ਗੀਤ ਦੇ ਤੌਰ 'ਤੇ ਹੋਇਆ ਜਦੋਂ ਮਸ਼ਹੂਰ ਬਹੁਤ ਹੋ ਗਿਆ। ਗੁਰਦਾਸ ਮਾਨ ਸਾਹਿਬ ਨੇ ਪਹਿਲਾਂ ਜਦੋਂ ਗਾਇਆ ਇਹ ਫਿਲਮ ਦੇ ਵਿੱਚ ਆਇਆ ਸੀ, ਇੱਕ 'ਚ ਲੌਂਗ ਦਾ ਲਿਸ਼ਕਾਰਾ ਫਿਲਮ ਸੀਗੀ ਉਹਦੇ 'ਚ ਇਹ ਛੱਲਾ ਗਾਇਆ ਸੀ ਗੁਰਦਾਸ ਮਾਨ ਨੇ, ਉਹ ਬਹੁਤ ਮਸ਼ਹੂਰ ਹੋਇਆ ਸੀਗਾ। ਫਿਲਮ ਵੀ ਬਹੁਤ ਵਧੀਆ ਚੱਲੀ ਸੀਗੀ, ਰਾਜ ਬੱਬਰ ਉਹਦੇ ਸੀਗਾ ਅਤੇ ਆਹ ਹਰਪਾਲ ਸਿੰਘ ਟਿਵਾਣਾ ਉਹਨਾਂ ਨੇ ਫਿਲਮ ਉਹ ਬਣਾਈ ਸੀਗੀ, ਉਹਦਾ ਛੱਲਾ ਜਿਹੜਾ ਬਹੁਤ ਮਸ਼ਹੂਰ ਹੋਇਆ ਸੀਗਾ ਛੱਲੇ। ਉਦੋਂ ਬਾਅਦ ਕਈ ਆ ਗਏ, ਆਸਟ੍ਰੇਲੀਆ ਦਾ ਛੱਲਾ ਆ ਗਿਆ, ਇੱਕ ਫਿਲਮ ਦੇ ਵਿੱਚ ਮੈਂ ਦੇਖ ਰਿਹਾ ਸੀ ਛੱਲਾ ਸ਼ਾਹਰੁਖ ਖਾਨ ਦੀ 'ਚ, ਉਹਨੇ ਹੋਰ ਹੀ ਕੁਛ ਛੱਲੇ ਨੂੰ ਗਿਆ, ਛੱਲਾ ਲੱਭਦਾ ਫਿਰੇ, ਛੱਲਾ ਲੱਭਦਾ ਫਿਰੇ, ਫਿਰ ਇੱਕ ਛੱਲਾ ਹੈਗਾ ਛੱਲਾ ਅਮਰੀਕਾ ਆ ਗਿਆ, ਛੱਲਾ ਉੱਥੇ ਚਲੇ ਗਿਆ। ਜਿਵੇਂ ਜੁਗਨੀ ਦਾ ਹਰ ਸ਼ਹਿਰ ਦੇ ਵਿੱਚ ਸਰਦਾਰ ਗੁਰਮੇਜ ਸਿੰਘ ਜੀ ਧੀਰ ਸਾਹਿਬ ਸਾਡੇ ਨਾਲ ਫੋਨ ਲਾਈਨ 'ਤੇ ਹੈਗੇ ਨੇ। ਧੀਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਸਰ। ਹਾਂਜੀ ਸਰਦਾਰ ਜਗਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ, ਸਾਰੇ ਭੈਣਾਂ ਭਰਾਵਾਂ ਨੂੰ ਵੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ ਸਰ, ਕੀ ਵਿਚਾਰਾਂ, ਕੀ ਗੱਲਾਂ ਬਾਤਾਂ, ਕੀ ਕੋਈ ਕੈਨੇਡਾ ਦੀ ਅਪਡੇਟ ਜੀ? ਕੈਨੇਡਾ ਦੀ ਹੈ ਕਿ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਹਿੰਦੇ ਆ ਕਿ ਜਿਹੜਾ ਕਾਮਾ ਗਾਟਾ ਮਾਰੂ ਦਾ ਸਾਕਾ ਹੋਇਆ ਸੀ ਵੈਨਕੂਵਰ ਤੋਂ, ਉਹਨੂੰ ਵਾਪਸ ਮੋੜਿਆ ਗਿਆ ਸੀ। ਹਾਂਜੀ, ਉਹ ਕੈਨੇਡਾ ਦੀ ਹਿਸਟਰੀ ਵਿੱਚ ਬਲੈਕ ਡੇ ਆ। ਹਾਂਜੀ ਹਾਂਜੀ, ਬਲੈਕ ਡੇ ਮੰਨਿਆ। ਤੇ ਤੁਹਾਨੂੰ ਪਤਾ ਕੁਛ ਸਾਲ ਪਹਿਲਾਂ ਇਹਨਾਂ ਨੇ ਮਾਫ਼ੀ ਵੀ ਮੰਗੀ, ਪਾਰਲੀਮੈਂਟ ਦੇ ਵਿੱਚ ਵੀ ਮਾਫ਼ੀ ਮੰਗੀ ਸੀ। ਹਾਂਜੀ, ਪਰ ਸਾਡੇ ਤਾਂ 40 ਸਾਲ ਹੋ ਜਾਣੇ ਨੇ ਆ ਜਿਹੜਾ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਸੀ, ਕਦੇ ਜਾਂ ਨਵੰਬਰ 1984 ਕਿਸੇ ਨੇ ਪਾਰਲੀਮੈਂਟ ਦੇ ਵਿੱਚ ਮਾਫ਼ੀ ਨਹੀਂ ਮੰਗੀ, ਕਿਸੇ ਪ੍ਰਧਾਨ ਮੰਤਰੀ ਨੇ ਉੱਦਾਂ ਵੀ ਮਾਫ਼ੀ ਨਹੀਂ ਮੰਗੀ। ਹਾਂਜੀ, ਤੇ ਹੁਣ ਮੈਂ ਗੱਲ ਕਰਨੀ ਚਾਹੁੰਦਾ ਮੈਮੋਰੀਅਲ ਡੇ ਬਾਰੇ ਜੀ, ਜਿਹੜਾ USA ਦੇ ਵਿੱਚ ਅੱਜ ਹੈ ਜੀ। ਤੁਹਾਡੇ 1 ਜੁਲਾਈ ਨੂੰ ਹੁੰਦਾ ਜੀ? ਸਾਡੇ ਕੈਨੇਡਾ ਡੇ ਹੁੰਦਾ 1 ਜੁਲਾਈ ਨੂੰ। ਹਾਂਜੀ, ਤੇ ਇਹ ਦੇਖੋ 1860 ਦੇ ਵਿੱਚ ਅਬਰਾਹਮ ਲਿੰਕਨ ਪ੍ਰੈਜੀਡੈਂਟ ਬਣਿਆ, ਉਸ ਤੋਂ ਪਹਿਲਾਂ ਉਹ ਕਈ ਨੌਕਰੀਆਂ ਕਰਦਾ ਰਿਹਾ, ਸਿਕਿਉਰਿਟੀ ਗਾਰਡ ਦੀ ਵੀ ਉਹਨੇ ਜੌਬ ਕੀਤੀ। ਅੱਛਾ ਜੀ। ਅੱਛਾ, ਉੱਥੇ ਸ਼ਿਕਾਗੋ ਦੇ ਵਿੱਚ ਉਹ ਜਿੱਥੇ ਕਾਲੇ ਲੋਕਾਂ ਦੀ ਮੰਡੀ ਲੱਗਦੀ ਸੀ, ਉਹਨਾਂ ਨੂੰ ਵੇਚਿਆ ਜਾਂਦਾ ਸੀ, ਕੁੱਟਿਆ ਮਾਰਿਆ ਜਾਂਦਾ ਸੀ, ਉਹਨਾਂ ਨੂੰ ਅਲੱਗ ਅਲੱਗ ਕਰਕੇ ਵੇਚਿਆ ਜਾਂਦਾ ਸੀ, ਮਾਵਾਂ ਤੋਂ ਪੁੱਤ ਵੱਖਰੇ ਕਰ ਲਏ ਜਾਂਦੇ ਸੀ, ਹਸਬੈਂਡ ਵੱਖਰੇ ਕਰ ਲਏ ਜਾਂਦੇ ਸੀ। ਉਹ ਮਾਰਕੀਟ ਉੱਥੇ ਇੱਕ ਟੀ ਸਟਾਲ ਹੁੰਦੀ ਸੀ, ਟੀ ਸਟਾਲ ਦਾ ਮਤਲਬ ਇਹ ਸੀ ਚਾਹ ਦੇ ਉੱਥੇ ਬਣਾਈ ਨਹੀਂ ਸੀ ਜਾਂਦੀ ਪੀਣ ਵਾਸਤੇ ਲੋਕਾਂ ਦੇ, ਲੇਕਿਨ ਉੱਥੇ ਚਾਹ ਉੱਥੇ ਅੰਦਰ ਡੱਬੇ ਵੇਚੇ ਜਾਂਦੇ ਸੀ ਮਾਰਕੀਟ ਵੇਚਣ ਨੂੰ। ਤੇ ਉਹ 1976 ਦੇ ਵਿੱਚ ਮੈਂ ਸ਼ਿਕਾਗੋ ਗਿਆ ਸੀ ਤੇ ਮੈਂ ਉਹ ਮਾਰਕੀਟ ਉਸ ਸ਼ਿਕਾਗੋ ਸਾਊਥ ਦੇ ਵਿੱਚ ਜਗ੍ਹਾ ਉਹਨਾਂ ਨੇ ਅੱਜ ਵੀ ਰੱਖੀ ਹੋਈ ਆ।
ਅੱਛਾ ਜੀ, ਜਿੱਥੇ ਇਹ ਕਾਲਿਆਂ ਦੀ ਮਾਰਕੀਟ ਲੱਗਦੀ ਸੀ ਯਾਦਗਾਰ ਦੇ ਵਜੋਂ, ਖਾਲੀ ਮੈਦਾਨ ਉਸ ਰੱਖਿਆ। ਠੀਕ ਹੈ ਜੀ। ਤੇ ਉਹ ਉੱਥੇ ਉਸ ਜ਼ਮਾਨੇ ਦੇ ਜਦੋਂ 76 ਦੇ ਵਿੱਚ ਮੈਂ ਉੱਥੇ ਗਿਆ ਸੀ ਤਾਂ ਉਹ ਟੀ ਸਟਾਲ ਉਹੀ ਸੀ, ਚਾਹ ਵੇਚਣ ਦੀ ਡੱਬਿਆਂ ਚ ਬੰਦ ਡੱਬੇ ਭੇਜਦੇ ਆ, ਤੇ ਮੈਂ ਜਿਹੜੇ ਦਰਵਾਜ਼ੇ ਦੇ ਕੋਲ ਖੜਾ ਦੇਖਦਾ ਸੀ ਵੀ ਇੱਥੇ ਮਾਰਕੀਟ ਲੱਗਦੀ ਸੀ। ਜਿਹੜਾ ਉਹਨਾਂ ਦੀ ਔਲਾਦ ਦੇ ਵਿੱਚ ਅੱਗੇ ਜਿਹੜਾ ਬੰਦਾ ਉਸਨੂੰ ਦੁਕਾਨ ਚਲਾ ਰਿਹਾ ਸੀ ਉਹ ਕਹਿੰਦਾ ਇੱਥੇ ਹੀ ਐਸੇ ਦਰਵਾਜ਼ੇ ਨਾਲ ਲੱਗ ਕੇ ਜਦੋਂ ਸਿਕਿਉਰਿਟੀ ਗਾਰਡ ਹੁੰਦਾ ਸੀ ਰਾਮ ਲਿੰਕਨ, ਅੱਛਾ ਜੀ, ਮਾਰਕੀਟ ਮਾਰਕੀਟ ਲੱਗਦੀ ਉਹਨਾਂ ਕਾਲੇ ਲੋਕਾਂ ਦੀ ਦੇਖਦਾ ਹੁੰਦਾ ਸੀ। ਅੱਛਾ ਜੀ। ਉਹ ਅਕਸਰ ਕਹਿੰਦਾ ਹੁੰਦਾ ਸੀ ਜੇ ਮੈਂ ਪ੍ਰੈਜੀਡੈਂਟ ਬਣ ਗਿਆ ਮੈਂ ਇਹਨਾਂ ਨੂੰ ਆਜ਼ਾਦ ਕਰੂੰਗਾ। ਅੱਛਾ। ਔਰ ਫਿਰ 1860 ਦੇ ਵਿੱਚ ਇਹ ਪ੍ਰੈਜੀਡੈਂਟ ਚੁਣਿਆ ਗਿਆ ਅਬਰਾਹਮ ਲਿੰਕਨ। ਠੀਕ ਹੈ ਜੀ। ਉਸ ਤੋਂ ਇੱਕ ਮਹੀਨਾ ਬਾਅਦ ਇਸਨੇ ਕਾਲਿਆਂ ਦੇ ਆਜ਼ਾਦੀ ਦਾ ਜਿਹੜੇ ਗੁਲਾਮ ਬਣਾ ਕੇ ਰੱਖੇ ਜਾਂਦੇ ਸੀ ਉਹਨਾਂ ਨੂੰ ਖੇਤਾਂ ਵਿੱਚ ਵਰਤਿਆ ਜਾਂਦਾ ਸੀ ਜਾਂ ਹੋਰ ਕੰਮਾਂ ਲਈ ਵਰਤਿਆ, ਉਹਨਾਂ ਨੂੰ ਆਜ਼ਾਦੀ ਦਾ ਐਲਾਨ ਕਰ ਦਿੱਤਾ। ਠੀਕ ਹੈ ਜੀ। ਇਸ ਨਾਲ ਕੀ ਹੋਇਆ ਕਿ USA ਦੋ ਹਿੱਸਿਆਂ ਵਿੱਚ ਵੰਡਿਆ ਗਿਆ, ਨੌਰਥ ਤੇ ਸਾਊਥ ਦੇ ਵਿੱਚ। ਜੀ। ਸਾਊਥ ਦੇ ਜਿਹੜੇ ਸੀ ਟੈਕਸਾਸ ਵਗੈਰਾ ਜਾਂ ਫਲੋਰੀਡਾ, ਇਹ ਜਿਹੜੀਆਂ ਦੂਜੀਆਂ ਸਟੇਟ ਸੀ, ਇਹਨਾਂ ਨੇ ਅਬਰਾਹਮ ਲਿੰਕਨ ਦੇ ਖਿਲਾਫ਼ ਬਗਾਵਤ ਕਰ ਦਿੱਤੀ ਤੇ ਖਾਨਾ ਦੇਣੀ ਸ਼ੁਰੂ ਹੋ ਗਈ ਸਿਵਲ ਵਾਰ। ਅੱਛਾ ਜੀ। ਇਹ ਸਿਵਲ ਵਾਰ 4 ਸਾਲ ਰਹੀ ਤੇ ਇਹਦੇ ਵਿੱਚ ਕੋਈ 7-8 ਹਜ਼ਾਰ ਇਸ ਤੋਂ ਵੀ ਵੱਧ ਤਕਰੀਬਨ, ਹਾਂਜੀ, 20,000 ਫੌਜੀ ਮਾਰੇ ਗਏ, ਲੋਕ ਵੀ ਮਾਰੇ ਗਏ। ਹਾਂਜੀ ਹਾਂਜੀ। ਤੇ ਉਸ ਤੋਂ ਬਾਅਦ ਇਹ 1800 ਉਹ ਜੰਗ ਇਹ ਜਿੱਤ ਗਿਆ ਸਿਵਲ ਵਾਰ ਤੇ ਕਾਲਿਆਂ ਨੂੰ ਆਜ਼ਾਦ ਕਰ ਦਿੱਤਾ ਗਿਆ। ਫਿਰ 1864 ਦੇ ਵਿੱਚ ਉਦੋਂ ਇਲੈਕਸ਼ਨ ਆ ਗਏ ਤੇ 1864 ਦੇ ਵਿੱਚ ਦੁਬਾਰਾ ਫਿਰ ਇਹ ਇਲੈਕਟ ਹੋ ਗਿਆ ਪ੍ਰੈਜੀਡੈਂਟ। ਅੱਛਾ। ਉਸ ਤੋਂ ਇੱਕ ਮਹੀਨੇ ਬਾਅਦ ਸ਼ਿਕਾਗੋ ਦੇ ਵਿੱਚ, ਉਸ ਜ਼ਮਾਨੇ ਵਿੱਚ ਆਮ ਸਿਨੇਮੇ ਨਹੀਂ ਸੀ ਹੁੰਦੇ, ਸਟੇਜ ਸ਼ੋਅ ਹੁੰਦੇ ਸੀ। ਜੀ। ਇਹ ਸਟੇਜ ਸ਼ੋਅ ਦੇਖ ਰਿਹਾ ਸੀ ਅੰਦਰ ਬੈਠਾ। ਅੱਛਾ ਜੀ। ਸਾਊਥ ਦੇ ਕਿਸੇ ਬੰਦੇ ਨੇ ਆ ਕੇ ਇਹਦੇ ਕੰਨ ਦੇ ਕੋਲ ਪਿਸਤੌਲ ਲਾ ਕੇ ਇਸ ਨੂੰ ਕਤਲ ਕਰ ਦਿੱਤਾ ਆਮ ਲਿੰਕਨ ਨੂੰ। ਅੱਛਾ ਜੀ। ਨਾਲ ਉਹਨੇ ਇਹ ਵੀ ਕਿਹਾ ਕਿ ਸਾਊਥ ਵਾਲਿਆਂ ਨੇ ਆਪਣਾ ਬਦਲਾ ਲੈ ਲਿਆ। ਸੋ ਪ੍ਰੈਜੀਡੈਂਟ ਅਬਰਾਹਮ ਲਿੰਕਨ ਦੇਖੋ ਉਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਤੇ ਉਹਨਾਂ ਨੇ ਇਹਨਾਂ ਕਾਲੇ ਲੋਕਾਂ ਨੂੰ ਆਜ਼ਾਦ ਕੀਤਾ, ਚਾਹੇ ਉਹਨਾਂ ਨੂੰ ਆਪਣੀ ਕੀਮਤ ਚੁਕਾਉਣੀ ਪਈ। ਬਹੁਤ ਵਧੀਆ ਜਾਣਕਾਰੀ। ਅੱਜ ਅਬਰਾਹਮ ਲਿੰਕਨ ਜਿਹੜੇ ਆ ਉਹਨਾਂ ਦੀ ਵਜ੍ਹਾ ਕਰਕੇ ਅਮੈਰੀਕਾ ਟੋਪ ਦੇ ਉੱਤੇ ਇਹ ਕੰਟਰੀ ਆ। ਹਾਂਜੀ। ਕਿਉਂਕਿ ਉਹ ਕਹਿੰਦਾ ਸੀ ਵੀ ਇਹ ਦੇਸ਼ ਦੇ ਜਿਹੜੇ ਇਹ ਵੀ ਨਾਗਰਿਕ ਨੇ ਤੇ ਤਕਰੀਬਨ 40% ਪਾਪੂਲੇਸ਼ਨ, ਅੱਜ 47% ਆ ਪਾਪੂਲੇਸ਼ਨ ਕਾਲਿਆਂ ਦੀ ਅਮੈਰੀਕਾ ਦੇ ਵਿੱਚ, ਵੀ ਜੇ ਇਹਨਾਂ ਨੂੰ ਅਸੀਂ ਪਿੱਛੇ ਰੱਖਾਂਗੇ USA ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਬਿਲਕੁਲ। ਬਹੁਤ ਵਧੀਆ ਜੀ। ਬੜੀ ਲੰਬੀ ਸੋਚ ਸੀ ਉਹਨਾਂ ਦੀ। ਬਹੁਤ ਵਧੀਆ। ਤੇ ਬਾਕੀ ਮੈਂ ਕਿੱਕਲੀ ਕਲੀਰ ਦੀ, ਮੈਂ ਭਗਵੰਤ ਮਾਨ ਦੀ ਬਹੁਤ ਵਧੀਆ ਉਹਨੇ ਗਾਈ ਆ। ਹਾਂਜੀ। ਸ਼ੁਗਲ ਮੇਲਾ ਲੱਗਿਆ ਹੋਇਆ ਜੀ ਪੂਰਾ। ਕਿੱਕਲੀ ਕਲੀਰ ਦੀ ਪੱਗ ਜਸਵੀਰ ਦੀ, ਕਹਿੰਦਾ ਪਿੰਡੇ ਇੰਨਾ ਮੋਟਾ ਹੋ ਗਿਆ ਵੀ ਪਿੰਡੇ ਤੋਂ ਮੱਖੀ ਲਾਹ ਨੀ ਹੁੰਦੀ। ਹਾਂਜੀ ਹਾਂਜੀ ਹਾਂਜੀ। ਬਠਿੰਡੇ ਦੀ ਸੀਟ
ਮੈਂ ਦਿਖਾਈ ਸੀ ਪਰਸੋਂ ਚੌਥ ਇੱਕ ਦਿਨ। ਹਾਂਜੀ ਚਲੋ ਮਿਹਰਬਾਨੀ ਜੀ ਧੀਰ ਸਰ ਬਹੁਤ ਓਕੇ ਜੀ ਥੈਂਕ ਯੂ ਵੈਰੀ ਮਚ ਬਹੁਤ ਮਿਹਰਬਾਨੀ ਜੀ ਬਹੁਤ ਨਾਲ ਨਾਲ ਪ੍ਰੋਗਰਾਮ ਦਾ ਸਮਾਂ ਖਤਮ ਹੈ। ਉਮੀਦ ਕਰਦੇ ਪ੍ਰੋਗਰਾਮ ਤੁਹਾਨੂੰ ਠੀਕ ਲੱਗਿਆ ਹੋਊਗਾ। ਕਿਸੇ ਵੀ ਗੱਲਬਾਤ ਦੀ ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com ਫੇਸਬੁੱਕ ਟਵਿੱਟਰ ਵਟਸਐਪ ਨੰਬਰ 'ਤੇ ਮੇਰਾ ਸੈੱਲ ਨੰਬਰ 2094503562। ਅਖੀਰ ਸਭ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ।